सुखबीर बादल दी अर्जी नूं कीता रद्द, प्रकाश सिंह बादल उन्हां नूं राहत मिली है। अज किहदे विच नाम आ रहा प्रधान साहब दा, ओह गोलियां मारन वालियां जा रहा है। मैनूं लगदा कि इस तों माड़ा दिन अज पंजाब सिखां लई पंथ लई हो नहीं सकदा। अकाली दल दे दी जिहड़ी सियासत रही है ओह 3 M दे आले दुआले घूमदी रही है, मीडिया, मनी ते मसल्स। अदालती फैसला तो आ ही गया, जमानत की जी अगाऊ जमानत की अर्जी है सुखबीर बादल होना की रद्द हो गई है। 7,000 पन्निया की वो जी रिपोर्ट है वो पेश करनी पई और अखीर नू अदालत मानयोग अदालत वालों उन्होंने जी अर्जी तक जी हैगी है वह रद्द करनी पई। अकाली दल जो बनाया गया सी अज तो 100 साल पहला, वो बंदे जिन्होंने उनकी सिरजना की सी, जिन्होंने वो कुरबानियां करके उसनु एडा शाना मत्ता उदा इतिहास बनाया सिरजिया, वो अज इस दौर दे विच आके खड़ा हो गया है कि हर बंदा नीवीं पा के उहदे ते टिप्पणी कर रहा है। डिक्शनरी दे विच वर्ड्स ही नहीं है ऐसे कि कैसी पार्टी वो ऐसे दौर दे विचों निकल रही है। प्लीज़ ये सानू बचाण लई अपनी फ्यूचर जनरेशन्स नू एक वड्डा मैसेज देण लई उहनां नू स्टैप असाइड कर देना चाहिए। सिद्धू साहब जिहड़ा अकाली दल का हंकार है वो इन्हां दी बुनियादी जिहड़ी बीमारी है। और कोई भी बंदा तुसी चाहे वड्डे बादल साहब तुसी देख लो, चाहे छोटे देख लो, चाहे इन्हां दे होर वड्डे लीडर साहिबान देख लो, उन वो पहला कहिंदे सी असीं 25-25 साल राज करना है। यह अकाली दल की सियासत दे तबूत विच इक किल स्थापित होगा। उन्हां दा जिहड़ा डबल करैक्टर सीगा वो आखरी समा, मैं कहना वो आखरी टाइम आए जिथे एक वेरी फिर रिफलैक्ट होया वा। झटका FIR दर्ज हुई वो नहीं, चलान पेश होया वो नहीं, पर बादलों वालों बेलां लाउणियां ते उदों वो भी सी सब उदों जदों उन्होंने हजे तक आपदे अगेंस्ट दोष पत्र कॉपी ऑफ चलान भी नहीं पढ़ी। ਮੋਦੀ ਜਿੰਨਾ ਨੂੰ ਹਾਜ਼ਮ ਨਹੀਂ ਹੋ ਰਿਹਾ, ਮੋਮੀ ਅਕਾਲੀ ਦਲ ਸਿੱਖਾਂ ਦੀ ਨਵਤਾ ਜਥੇਬੰਦੀ ਆ ਹਾਜ਼ਮ ਨਹੀਂ ਹੋ ਰਿਹਾ, ਉਹ ਸਲਾਹਾਂ ਦਿੰਦੇ ਆ। ਇਹਨਾਂ ਨੇ ਸੈਲਫ ਗੋਲ ਕਰਾ ਲਿਆ ਵੀ ਇਹਨਾਂ ਨੇ ਜਿਹੜੀਆਂ ਚਲਾਣ ਦੀ ਕਾਪੀ ਮਿਲਣ ਤੋਂ ਈਵਨ ਪਹਿਲਾਂ ਜ਼ਮਾਨਤਾਂ ਲਾਤੀਆਂ, ਊਂ ਤਾਂ ਬਹਾਦਰਾਂ ਦੀ ਪਾਰਟੀ ਆ। ਕੋਈ ਵਜ੍ਹਾ ਨਹੀਂ ਹੈਗੀ ਕਿ ਖਾਮ ਖਾ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ, ਜੇ ਹੋਏਗਾ ਤਾਂ ਇਨਸਾਫ ਦੇ ਆਧਾਰ ਤੇ ਹੀ ਹੋਏਗਾ, ਧੱਕੇ ਨਾਲ ਜਾਂ ਜਿੱਦਾਂ ਸਿਆਸਤ ਦੀ ਗੱਲ ਕਰ ਰਹੇ ਹੋ ਸਿਆਸਤ ਤੋਂ ਪ੍ਰੇਰਿਤ ਕਹਿੰਦੇ ਕੁਝ ਨਹੀਂ ਕਰਾਂਗੇ। ਇਹ ਤੁਹਾਡਾ ਇਤਿਹਾਸ ਅਕਾਲੀ ਅਕਾਲੀ ਸ਼ਬਦ ਤੁਸੀਂ ਦੇਖੋ, ਜਿਹੜਾ ਕਾਲ ਤੋਂ ਡਰਦਾ ਨਹੀਂ ਹੈ, ਜਿਹੜਾ ਮੌਤ ਤੋਂ ਨਹੀਂ ਡਰਦਾ, ਇਹ ਇੱਕ ਛੋਟੇ ਜਿਹੇ ਮਤਲਬ ਤੁਸੀਂ ਦੇਖੋਗੇ ਕੇਸ ਤੋਂ ਡਰ ਰਹੇ ਨੇ। ਜਿਹੜਾ ਲੋਕ ਉਹਨਾਂ ਨੂੰ ਮਾਫ਼ ਕਰ ਦੇਣਗੇ ਕੋਈ ਏਡੀ ਵੱਡੀ ਗੱਲ ਨਹੀਂ ਹੈ। ਲੋਕਾਂ ਨੇ ਤਾਂ ਕਾਂਗਰਸ ਤੱਕ ਨੂੰ ਮਾਫ਼ ਕਰਤਾ ਸੀਗਾ ਪੰਜਾਬੀਆਂ ਨੇ। ਅੱਜ ਜਿਹੜੀ ਤੁਸੀਂ ਇੱਥੇ ਨਿਊਜ਼ ਚੈਨਲ ਦੇ ਉੱਪਰ ਬੈਠੇ ਕਹਿੰਦੇ ਮਾਫ਼ ਕਰ ਦਿੱਤਾ, ਤੁਸੀਂ ਕੌਣ ਹੁੰਦੇ ਹੋ ਇਹ ਗੱਲ ਕਹਿਣ ਵਾਲੇ ਕਿ ਲੋਕਾਂ ਨੇ ਮਾਫ਼ ਕਰ ਦਿੱਤਾ ਕਾਂਗਰਸ ਨੂੰ? ਕਾਂਗਰਸ ਨੂੰ ਜਿਹੜੀ ਜਮਾਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਪੰਜਾਬੀਆਂ ਦੀ ਨਸਲਕੁਸ਼ੀ ਕੀਤੀ, ਸਿੱਖਾਂ ਨੂੰ ਗਲਾਂ 'ਚ ਟੈਰ ਪਾ ਕੇ ਸਾੜਿਆ, ਤੁਸੀਂ ਕਹੀ ਜਾਂਦੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਸੋ ਅਕਾਲੀ ਕੋਈ ਬੰਦਾ ਇਹ ਨਹੀਂ ਵੀ ਜਿਹਨੂੰ ਬਾਦਲ ਸਟੈਂਪ ਲਾਊ ਉਹੀ ਅਕਾਲੀ ਬਣੂ, ਅਸੀਂ ਅਕਾਲੀ ਜੰਮੇ ਹਾਂ, ਅਕਾਲੀ ਉਹ ਮਰਨਾ ਹੈ, ਭਾਵੇਂ ਅਸੀਂ ਬਾਦਲਾਂ ਦੇ ਅਗੇਂਸਟ ਹੈ ਔਰ ਉਨੀ ਦੇਰ ਤੱਕ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਹਾਂ ਜਿੰਨੀ ਦੇਰ ਤੱਕ ਬਾਦਲਾਂ ਦੀ ਸਰਪ੍ਰਸਤੀ ਹੈ। ਖੰਡਿਤ ਜਿਹੜੀ ਬੀੜ ਸੀ ਜਿਹਨੂੰ 2 ਫਾੜ ਕਰ ਦਿੱਤੇ ਗਏ ਸੀ ਅਤੇ ਇੱਕ ਗੰਦੇ ਨਾਲੇ ਦੇ ਵਿੱਚ ਰੱਖੀਆਂ ਹੋਈਆਂ ਸੀ, ਉਹ ਬਰਾਮਦ ਕੀਤੀਆਂ, ਬਰਾਮਦ ਕਰਕੇ ਉਸ ਤੋਂ ਬਾਅਦ ਫਿਰ ਇੱਕ ਕੋਈ ਬਾਬਾ ਹੈਗਾ ਮੋਗੇ ਦੇ ਵਿੱਚ ਉਹਦੇ ਕੋਲ ਜਾ ਕੇ ਅਪਰੋਚ ਕੀਤੀ ਕਿ ਸਾਨੂੰ ਕਮਰਾ ਦੇ ਦਿਉ, ਅਸੀਂ ਉਹ ਜਿਹੜੇ ਖੰਡਿਤ ਬੀੜ ਹੈਗੀ ਉੱਥੇ ਰੱਖਣੀ ਆ, ਉਹਨੇ ਵੀ ਮਨ੍ਹਾ ਕਰਤਾ। ਐਡਾ ਛੇਤੀ ਨਾਲ ਅਤੇ ਤਲਫਲੀ ਨਾਲ ਨਹੀਂ ਕੰਮ ਹੁੰਦੇ ਹਜੇ ਵੀ ਮੈਨੂੰ ਲੱਗਦਾ ਤੁਹਾਨੂੰ ਜੇ ਤੁਹਾਡੀ ਕੋਈ ਸੁਣਦਾ ਤਾਂ ਜਿਹੜੇ ਉੱਪਰ ਹੈਗੇ ਆ ਉਹਨਾਂ ਨੂੰ ਦੱਸੋ ਬਈ ਇਹ ਲੀਗਲ ਮੈਟਰ ਨੂੰ ਥੋੜ੍ਹਾ ਜਿਹਾ ਪੋਲੀਟੀਕਲੀ ਵੀ ਜੇ ਸਮਝਦੇ ਹੋ ਤਾਂ ਥੋੜ੍ਹਾ ਠਰਮੇ ਨਾਲ ਹੈਂਡਲ ਕਰੋ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀਆਂ ਦਾ ਸਭ ਤੋਂ ਵੱਡਾ ਅਹਿਮ ਭਾਵਕ ਅਤੇ ਸੰਵੇਦਨਸ਼ੀਲ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੁਰਾ ਗੋਲੀਕਾਂਡ। ਮੇਰਾ ਕਹਿਣ ਤੋਂ ਭਾਵ ਹੈ ਬੇਅਦਬੀ ਨਾਲ ਜੁੜੀਆਂ ਵੀ ਮੰਦਭਾਗੀਆਂ
ਤੰਦਾਂ ਜੁੜੀਆਂ। ਉਹਨਾਂ 'ਚ ਇੱਕ ਵੱਡੀ ਕੜੀ ਹੈ ਕੋਟਕਪੂਰਾ ਗੋਲੀਕਾਂਡ। ਫਰੀਦਕੋਟ ਅਦਾਲਤ ਨੇ ਸੁਖਬੀਰ ਸਿੰਘ ਬਾਦਲ, ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ, ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ ਅਤੇ ਕੁਝ ਪੁਲਿਸ ਅਧਿਕਾਰੀ, ਇਸ ਗੋਲੀਕਾਂਡ ਦੇ ਮੁੱਦੇ 'ਤੇ ਅਗਾਊਂ ਜ਼ਮਾਨਤ ਦੀ ਅਰਜ਼ੀ ਫਰੀਦਕੋਟ ਦੀ ਅਦਾਲਤ 'ਚ ਲਾਈ ਗਈ ਸੀ। ਅੱਜ ਅਦਾਲਤ ਦਾ ਜੋ ਫੈਸਲਾ ਆਇਆ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਰਾਹਤ ਮਿਲ ਗਈ ਹੈ। ਸੁਖਬੀਰ ਸਿੰਘ ਬਾਦਲ ਉਹਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਰਾਜਸੀ ਤੌਰ 'ਤੇ ਦੇਖਿਆ ਜਾ ਰਿਹਾ ਕਿ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਲਈ ਇਸ ਮੁੱਦੇ ਨੂੰ ਲੈ ਕੇ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ। ਦੂਜੇ ਪਾਸੇ ਜਦੋਂ ਆਪਾਂ ਇਹ ਮੁੱਦੇ 'ਤੇ ਗੱਲ ਕਰ ਰਹੇ ਹਾਂ, ਐਨ ਉਸ ਮੌਕੇ 'ਤੇ ਜਦੋਂ ਭਗਵੰਤ ਮਾਨ ਦੀ ਸਰਕਾਰ 1 ਸਾਲ ਮੁਕੰਮਲ ਕਰ ਚੁੱਕੀ ਹੈ, ਤਾਂ ਅੱਜ ਦੇ ਮੁੱਦੇ 'ਤੇ ਹੀ, ਜਾਣੀ ਅੱਜ ਦੇ ਮੌਕੇ 'ਤੇ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਲ ਦੇ ਬਾਰੇ 'ਚ ਜ਼ਿਕਰ ਕਰਦਿਆਂ ਇਹ ਵੀ ਜ਼ਰੂਰ ਕਿਹਾ ਕਿ ਬੇਅਦਬੀ ਦੇ ਮੁੱਦੇ 'ਤੇ ਮੈਂ ਪੰਜਾਬੀਆਂ ਨੂੰ ਗਰੰਟੀ ਜਾਂ ਵਾਅਦਾ ਕੀਤਾ ਸੀ ਨਿਆਂ ਅਤੇ ਇਨਸਾਫ ਦੇ ਲਈ। ਅਦਾਲਤ ਕਹਿੰਦਾ 7000 ਪੰਨਿਆਂ ਦਾ ਚਲਾਨ ਪੇਸ਼ ਕਰਕੇ ਮੈਂ ਉਹ ਵਾਅਦਾ, ਜਾਣੀ ਮੇਰੀ ਸਿੱਟ ਨੇ ਜੋ ਕੀਤਾ ਨਿਭਾਇਆ। ਉਸ ਦਾ ਨਤੀਜਾ ਹੈ ਜਿਸ ਅਦਾਲਤੀ ਪ੍ਰਕਿਰਿਆ ਦੀ ਆਪਾਂ ਗੱਲ ਕਰ ਰਹੇ ਹਾਂ। ਇਹਨਾਂ ਮੁੱਦਿਆਂ 'ਤੇ ਸਵਾਲਾਂ ਦੇ ਲਈ, ਵਿਚਾਰਾਂ ਦੇ ਲਈ ਜਿਹੜੇ ਮਹਿਮਾਨ ਮੇਰੇ ਨਾਲ ਜੁੜੇ ਹੈ, ਮੇਰੀ ਬੇਨਤੀ ਪ੍ਰਵਾਨ ਕਰਕੇ, ਡਾਕਟਰ ਭੀਮਿੰਦਰ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਕੇਸ ਮਠਾੜੂ ਜੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਾਹ ਅਮਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ, ਬੂਟਾ ਸਿੰਘ ਬਰਾਗੀ ਜੀ, ਰਾਜਸੀ ਵਿਸ਼ਲੇਸ਼ਕ, ਸਾਰੇ ਹੀ ਸਾਡੇ ਚੈਨਲ ਦੇ ਦਰਸ਼ਕਾਂ ਦੇ ਜਾਣੇ ਪਹਿਚਾਣੇ ਚਿਹਰੇ, ਸਾਰਿਆਂ ਨੂੰ ਮੈਂ ਜੀ ਆਖਦਾ, ਵੈਲਕਮ ਕਰਦਾ। ਇਸ ਮੁੱਦੇ 'ਤੇ ਡਾਕਟਰ ਭੀਮਿੰਦਰ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਜੋ ਫਰੀਦਕੋਟ ਦੀ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਗਾਉਂ ਜ਼ਮਾਨਤ ਦੀ ਅਰਜ਼ੀ 'ਤੇ, ਸੁਖਬੀਰ ਬਾਦਲ ਦੀ ਅਰਜ਼ੀ ਨੂੰ ਕੀਤਾ ਰੱਦ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਰਾਹਤ ਮਿਲੀ ਹੈ, ਅਤੇ ਭਗਵੰਤ ਮਾਨ ਨੇ ਜੋ ਕਿਹਾ ਕਿ ਮੈਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਚਲਾਨ ਪੇਸ਼ ਕਰਕੇ ਮੈਂ ਵਾਅਦਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਮੁੱਦੇ 'ਤੇ, ਇਸ ਪ੍ਰਕਿਰਿਆ ਨੂੰ, ਡਾਕਟਰ ਭੀਮਿੰਦਰ ਜੀ? ਜੀ, ਮੈਨੂੰ ਲੱਗਦਾ ਕਿ ਅੱਜ ਪੰਜਾਬੀਆਂ ਦੇ ਲਈ ਇੱਕ ਬਹੁਤ ਹੀ ਮਾਯੂਸੀ ਦਾ ਦਿਨ ਹੈ। ਉਹ ਇਸ ਲਈ ਕਿਉਂਕਿ ਅਕਾਲੀ ਦਲ, ਜਿਹਨੂੰ ਕਿ ਇੱਕ ਲਗਭਗ ਸਦੀ ਹੋ ਚੁੱਕੀ ਆ ਬੜਿਆਂ ਨੂੰ, ਔਰ ਜਿਹੜੀ ਤੁਸੀਂ ਗੋਲੀਕਾਂਡ ਦੀ ਗੱਲ ਕੀਤੀ ਸੀਗੀ, ਅਕਾਲੀ ਦਲ ਦਾ ਇਤਿਹਾਸ ਇਹ ਰਿਹਾ ਕਿ ਉਹ ਇੱਕਾਂ 'ਚ ਗੋਲੀਆਂ ਖਾਂਦੇ ਰਹੇ ਹੈ। ਅੱਜ ਕਿਹਦੇ ਵਿੱਚ ਨਾਮ ਆ ਰਿਹਾ ਪ੍ਰਧਾਨ ਸਾਹਿਬ ਦਾ, ਉਹ ਗੋਲੀਆਂ ਮਾਰਨ ਵਾਲਿਆਂ 'ਚ ਆ ਰਿਹਾ। ਮੈਨੂੰ ਲੱਗਦਾ ਕਿ ਇਸ ਤੋਂ ਮਾੜਾ ਦਿਨ ਅੱਜ ਪੰਜਾਬ ਸਿੱਖਾਂ ਲਈ, ਪੰਥ ਲਈ ਹੋ ਨਹੀਂ ਸਕਦਾ। ਸੋ ਜਿਹੜੀ ਪਾਰਟੀ ਪੰਥਕ ਮੁੱਦਿਆਂ ਦੇ ਲਈ ਬਣੀ ਸੀਗੀ, ਪੰਥ ਨੂੰ ਬਚਾਉਣ ਲਈ ਬਣੀ ਸੀਗੀ, ਅੱਜ ਉਹੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਅੱਜ ਇਸ ਮਾਨਯੋਗ ਅਦਾਲਤ ਨੇ ਉਹਨਾਂ ਦੀ ਅਰਜ਼ੀ ਵੀ ਖਾਰਜ ਕਰਤੀ ਜ਼ਮਾਨਤ ਦੀ। ਸੋ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ, ਬਾਕੀ ਤਾਂ ਅਦਾਲਤਾਂ ਨੇ ਜੋ ਕਰਨਾ ਉਹ ਕਰਨਾ ਹੀ ਹੈ, ਪਰ ਘੱਟੋ ਘੱਟ ਆਪਣੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਪਿਛਲੇ ਲੰਬੇ ਸਾਲਾਂ ਦੀ, ਉਹ ਮੈਨੂੰ ਆਪਾਂ ਨੂੰ ਜ਼ਰੂਰ ਇੱਥੇ ਮੈਂ ਦੱਸਣੀ ਚਾਹੁੰਦਾ ਕਿ ਅਕਾਲੀ ਦਲ ਦੇ ਦੀ ਜਿਹੜੀ ਸਿਆਸਤ ਰਹੀ ਹੈ ਉਹ 3 M ਦੇ ਆਲੇ ਦੁਆਲੇ ਘੁੰਮਦੀ ਰਹੀ ਹੈ, ਮੀਡੀਆ, ਮਨੀ ਤੇ ਮਸਲਸ। ਇਹਨਾਂ ਨੂੰ ਲੱਗਿਆ ਕਿ ਮੀਡੀਆ ਦੇ ਨਾਲ ਲੋਕਾਂ ਨੂੰ ਕੰਟਰੋਲ ਕਰ ਲਓ, ਮਸਲਸ ਦੇ ਨਾਲ ਕੰਟਰੋਲ ਕਰ ਲਓ ਤੇ ਪੈਸੇ ਦੇ ਨਾਲ ਕੰਟਰੋਲ ਕਰ ਲਓ। ਸੋ ਉਹ ਸਾਰੀਆਂ ਚੀਜ਼ਾਂ, ਮਸਲ ਪਾਵਰ ਜਦੋਂ ਇਹਨਾਂ ਨੇ ਦਿਖਾਈ, ਖਾਸ ਤੌਰ ਤੇ ਜਿਹੜੀ ਉਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਗੋਲੀਕਾਂਡ ਵਾਪਰਿਆ, ਤਾਂ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਵਿਗੜਦੀਆਂ ਅੱਜ ਇੱਥੇ ਤੱਕ ਪਹੁੰਚ ਗਈਆਂ ਕਿ 7000 ਪੰਨਿਆਂ ਦੀ ਉਹ ਜਿਹੜੀ ਰਿਪੋਰਟ ਹੈ ਉਹ ਪੇਸ਼ ਕਰਨੀ ਪਈ, ਔਰ ਅਖੀਰ ਨੂੰ ਅਦਾਲਤ, ਮਾਨਯੋਗ ਅਦਾਲਤ ਵੱਲੋਂ ਉਹਨਾਂ ਦੀ ਜਿਹੜੀ ਅਰਜ਼ੀ ਤੱਕ ਜਿਹੜੀ ਹੈਗੀ ਹੈ ਉਹ ਰੱਦ ਕਰਨੀ ਪਈ। ਸੋ ਹੁਣ ਕੀ ਬਣੇਗਾ ਇਹ ਹੁਣ ਅਕਾਲੀ ਦਲ ਜਾਣਦਾ, ਪਰ ਇਹ ਅੱਜ ਬਹੁਤ ਹੀ ਪੰਜਾਬੀਆਂ ਲਈ ਇੱਕ ਮਾਯੂਸੀ ਦਾ ਦਿਨ ਹੈ। ਤੁਹਾਡੇ ਕਮੈਂਟਸ ਆ ਗਏ, ਫੇਰ ਆਵਾਂਗੇ ਆਪਾਂ ਇਸੇ ਮੁੱਦੇ 'ਤੇ। ਮੁਠਾੜੂ ਸਾਹਿਬ, ਇਹੋ ਸਵਾਲ ਜੋ ਗੱਲ ਕੀਤੀ ਹੈ, ਜੋ ਸਵਾਲ ਉਠਾਇਆ ਡਾਕਟਰ ਭੀਮਿੰਦਰ ਨੇ, ਉਹਨਾਂ ਦਾ ਕਹਿਣਾ ਕਿ ਮਾਯੂਸੀ ਵਾਲਾ ਦਿਨ, ਅਕਾਲੀ ਦਲ ਜਿਹੜਾ ਕੁਰਬਾਨੀਆਂ ਵਾਲਾ ਇਤਿਹਾਸ ਦੇ ਤੌਰ 'ਤੇ ਜਾਣਿਆ ਜਾਂਦਾ ਰਿਹਾ, ਗੋਲੀਕਾਂਡ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਹੀ ਅੱਜ ਇੱਕ ਟਹਿੜੇ 'ਚ ਖੜ੍ਹੇ ਨਜ਼ਰ ਆ ਰਹੇ ਹੈ,
क्यों अजिही परिस्थिति है, क्यों कटहरे च खंड की नौबत आई है मठाड़ू जी, जां किवें देखदे हो इस मुद्दे नूं? मेरी आवाज आ रही है सिद्धू साहब जी? बिल्कुल आ रही है। मैं तो पहले कहांगा हर एक मारे कहना किसी भी न्यूज चैनल पे जावा कि अकाली सरकार में जो गुरु ग्रंथ साहब दी घटनावां होईयां बीतियां गोलीकांड दीआं हर वेले जिहड़ी हैगी दुख मनाया कि जो साडी सरकार उस वेले सी जदों इह घटनावां होईयां और बहुत मंदबाद सी, परंतु दुख दी उस तों वड्डी दुख इस मुद्दे ते मैं तो अज तक हुण भी देखो जिहड़े आम आदमी बुला रहे हुण भी सियासत कर रहे आ नहीं आ रहे इह नहीं आ रहे उस वेले 20-25 दिनां दे विच विच इन्हां ने सारे ने रौला पाया कांग्रसियां ने रौला पाया पार्टियां दी तो लैके कौन कौन पंथक जथेबंदियां कहिंदा बेबी तां नहीं करवाई उन्हां ते यकीन नहीं चल जिहड़ी सीबीआई नूं दवा दे फिर सिद्धू साहब ए है जिथो तक इन्होंने देखो बगे गल शायद पहले संपर्क कर रही है, मजबूरी है, टेक्निकल वजह करके आवाज कट रही है, मेरी टीम संपर्क करी, मैं दोबारा जल्दी थोड़े तो सवाल लैना, मेरी टीम संपर्क कर लो प्लीज, तद तक बाकी मेहमानों तो आप सवाल लेने। अमरिंदर जी इस मामले ते वड्डा सवाल है जो अज फरीदकोट के मामले अदालत वालों फैसला सुनाया गया, किवें देखते हो? क्योंकि पंजाबियों लई दुनिया भर च बैठे पंजाबियों लई एक वड्डा सवाल है, ना कि पंजाब दे लई केवल। देखो सिद्धू साहब बिल्कुल तुहाडी गल दुरुस्त है कि अज दा जिहड़ा दिन है वह पूरे पंजाबियों लई बड़ा मतलब एक इतिहासिक मैं समझांगा कि दिन है जिथे इतिहास जिहड़ा है वह मोड़ कट रहा है ते साडे सामने ऐसा मतलब नमोशी भरिया जिहड़ा मंजर है वह साडे सामने है ते हर पंजाबी मैं समझदा अज कोई भी बंदा इहदे मतलब जुबिलेशन दे मूड च नहीं है, सब नीवियां पा के खड़े हैं ते जिहड़े भी आपां डिबेट कर रहे हैं जो भी अपनी अपनी प्रतिक्रिया दे रहे हैं वह बड़ी नमोशी वाली मतलब अवस्था दे विच असीं दे रहे हैं। पर अफसोस इस गल ते आंदा है कि बई जिहड़ा श्रोमणी अकाली दल हैगा वह अजे भी इस नूं इहदी ग्रैविटी नूं समझ नहीं पा रहा कि अज तो 50 साल बाद 100 साल बाद जदों इह FIR जदों इह FIR जदों इह चलान दीआं कापियां साडे बच्चे साडी जनरेशन साडे पोते अगले जिहड़ियां जनरेशनस उह पढ़नगियां ते उह की एंटीसपेट करनगियां कि अकाली दल जिहड़ा बनाया गया सी अज तो 100 साल पहलां ਉਹ ਬੰਦੇ ਜਿਨ੍ਹਾਂ ਨੇ ਉਹਨੂੰ ਸਿਰਜਣਾ ਕੀਤੀ ਸੀ ਜਿਨ੍ਹਾਂ ਨੇ ਉਹਦੇ 'ਤੇ ਕੁਰਬਾਨੀਆਂ ਕਰਕੇ ਉਸਨੂੰ ਐਡਾ ਸ਼ਾਨਾ ਮੱਤਾ ਉਹਦਾ ਇਤਿਹਾਸ ਬਣਾਇਆ ਸਿਰਜਿਆ ਉਹ ਅੱਜ ਇਸ ਦੌਰ ਦੇ ਵਿੱਚ ਆ ਕੇ ਖੜਾ ਹੋ ਗਿਆ ਕਿ ਹਰ ਬੰਦਾ ਉਹ ਨੀਵੀਂ ਪਾ ਕੇ ਉਹਦੇ 'ਤੇ ਟਿੱਪਣੀ ਕਰ ਰਿਹਾ ਹੈ। ਲੇਕਿਨ ਮੈਂ ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਅਕਾਲੀ ਦਲ ਦੇ ਸਰਪ੍ਰਸਤ ਸਾਹਿਬ ਨੂੰ ਅਤੇ ਪ੍ਰਧਾਨ ਸਾਹਿਬ ਨੂੰ ਕਿ ਤੁਸੀਂ ਕਿਰਪਾ ਕਰਕੇ ਇਸ ਅਕਾਲੀ ਦਲ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ, ਬਾਦਲ ਸਾਹਿਬ ਨੂੰ 5 ਵਾਰੀ ਮੁੱਖ ਮੰਤਰੀ ਬਣਾਇਆ, ਬਹੁਤ ਹੀ ਉਹਨਾਂ ਨੂੰ ਮਤਲਬ ਗਲੋਰੀਅਸ ਉਹਨਾਂ ਦਾ ਜੀਵਨ ਰਿਹਾ ਅਕਾਲੀ ਦਲ ਦੇ ਸਿਰ 'ਤੇ ਹੀ ਰਿਹਾ ਅਤੇ ਉਹ ਇਸ ਦੇ ਜਿਹੜਾ ਫਿਊਚਰ ਹੈ ਅਕਾਲੀ ਦਲ ਦਾ ਉਸ ਨੂੰ ਨਾ ਮਧੋਲਣ, ਕਿਰਪਾ ਕਰਕੇ ਜਿੰਨੀ ਦੇਰ ਤੱਕ ਤੁਸੀਂ ਇਹ ਸਾਰੇ ਇਹਦੇ ਵਿੱਚੋਂ ਸੁਰਖਰੂ ਨਹੀਂ ਹੁੰਦੇ ਤਾਂ ਤੁਸੀਂ ਇਹ ਸਟੈਪ ਅਸਾਈਡ ਕਰ ਜਾਓ ਅਤੇ ਜਦੋਂ ਸੁਰਖਰੂ ਹੋ ਜਾਓਗੇ ਤਾਂ ਤੁਸੀਂ ਵਾਪਸ ਤੁਹਾਨੂੰ ਅਕਾਲੀ ਦਲ ਵਾਪਸ ਸਿਰ 'ਤੇ ਚੱਕ ਲਏਗਾ। ਪਰ ਤੁਸੀਂ ਫਿਲਹਾਲ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਜਿੰਨੀ ਦੇਰ ਤੱਕ ਤੁਹਾਡੇ ਉੱਪਰ ਇਹ ਐਲੀਗੇਸ਼ਨ ਹੈਗੀਆਂ ਕੋਰਟ ਦੇ ਵਿੱਚ ਤੁਹਾਨੂੰ ਆਵਾਜ਼ ਪੈਂਦੀ ਹੈ, ਤੁਹਾਡਾ ਜਿਹੜਾ ਆਲਮਾ ਦਾ ਆਵਾਜ਼ ਲੈ ਕੇ ਨਾਮ ਲੈ ਕੇ ਆਵਾਜ਼ ਮਾਰਦਾ ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਹੋ, ਤਾਂ ਇਹ ਜਿਹੜੀ ਚੀਜ਼ ਹੈ ਇਹ ਅਕਾਲੀ ਦਲ ਲਈ ਬਹੁਤ ਹੀ ਮਤਲਬ ਨਮੋਸ਼ੀ ਮਤਲਬ ਡਿਕਸ਼ਨਰੀ ਦੇ ਵਿੱਚ ਵਰਡਸ ਹੀ ਨਹੀਂ ਹੈ ਐਸੇ ਕਿ ਇੱਕ ਐਸੀ ਪਾਰਟੀ ਉਹ ਐਸੇ ਦੌਰ ਦੇ ਵਿੱਚੋਂ ਨਿਕਲ ਰਹੀ ਹੈ। ਪਲੀਜ਼ ਇਹਦੇ ਵਿੱਚੋਂ ਸਾਨੂੰ ਬਚਾਉਣ ਲਈ ਆਪਣੀਆਂ ਫਿਊਚਰ ਜਨਰੇਸ਼ਨਸ ਨੂੰ ਇੱਕ ਵੱਡਾ ਮੈਸੇਜ ਦੇਣ ਲਈ ਉਹਨਾਂ ਨੂੰ ਸਟੈਪ ਅਸਾਈਡ ਕਰ ਦੇਣਾ ਚਾਹੀਦਾ ਹੈ ਅਤੇ ਜਦੋਂ ਇਸ ਸਾਰੇ ਉਹਦੇ 'ਚੋਂ ਜੇ ਉਹ ਸੁਰਖਰੂ ਹੋ ਕੇ ਨਿਕਲ ਜਾਂਦੇ ਹੈ ਅਤੇ ਅਕਾਲੀ ਦਲ ਵਾਪਸ ਉਹਨਾਂ ਨੂੰ ਮਤਲਬ ਐਗਜ਼ੋਨਰੇਟ ਕਰੇਗਾ ਅਤੇ ਉਹਨਾਂ ਨੂੰ ਮਾਣ ਦੇਗਾ। ਲੇਕਿਨ ਅੱਜ ਦੀ ਘੜੀ ਉਹਨਾਂ ਨੂੰ ਸਟੈਪ ਅਸਾਈਡ ਹੋਣਾ ਚਾਹੀਦਾ, ਮੈਂ ਇੰਨਾ ਹੀ ਕਹਿ ਸਕਦਾ ਇਹਦੇ ਉੱਤੇ। ਮਨਿੰਦਰ ਜੀ ਬਿਲਕੁਲ ਬਹੁਤ ਵੱਡਾ ਅਤੇ ਭਾਵਕ ਮੁੱਦਾ ਜਿਸ ਮੁੱਦੇ 'ਤੇ ਤੁਸੀਂ ਕਮੈਂਟ ਕਰ ਰਹੇ ਹੋ, ਬੇਸ਼ੱਕ ਇਹ ਸਹੀ ਹੈ ਕਿ ਜਿਸ ਤਰ੍ਹਾਂ ਦਾ ਮਾਮਲਾ ਆਇਆ ਸੁਖਬੀਰ ਬਾਦਲ ਹੋਣੀ ਕਟਹਿਰੇ 'ਚ ਖੜਿਆ ਹੈ, ਇਹਦੇ ਬਾਵਜੂਦ ਵੀ ਜਿਹੜੀਆਂ ਪੰਥਕ ਤਰ੍ਹਾਂ ਕਿਧਰੇ ਮਹਿਸੂਸ ਕਰਦੀਆਂ ਕਿ ਕਿਹੋ ਜਿਹੀ ਸਥਿਤੀ ਅਕਾਲੀ ਦਲ ਜਿਸ ਦਾ ਛਾਨਾ ਮਤਾ ਇਤਿਹਾਸ ਰਿਹਾ, ਕਿਸ ਤਰ੍ਹਾਂ ਦੀ
ਸਥਿਤੀ ਬਣੀ ਹੈ, ਕਿਹੋ ਜਿਹੇ ਮੋੜ 'ਤੇ ਆ ਕੇ ਗੱਲ ਰੁਕੀ ਹੈ, ਇਸੇ ਮੁੱਦੇ 'ਤੇ ਸਾਡੇ ਨਾਲ ਬਰਾਗੀ ਜੀ ਬਣੇ ਹੋਏ। ਬਰਾਗੀ ਜੀ, ਤੁਸੀਂ ਕਿਵੇਂ ਦੇਖਦੇ ਹੋ, ਅਦਾਲਤੀ ਫੈਸਲਾ ਤਾਂ ਆ ਹੀ ਗਿਆ, ਜ਼ਮਾਨਤ ਦੀ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਹੈ ਸੁਖਬੀਰ ਬਾਦਲ ਹੋਣਾ ਦੀ ਰੱਦ ਹੋ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਹੈ, ਕਿਹਾ ਜਾ ਰਿਹਾ ਕਿ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ, ਪਰ ਅਕਾਲੀ ਦਲ ਦਾ ਕਹਿਣਾ ਕਿ ਅਜੇ ਵੀ ਜਿਹੜੇ ਆਪ ਵਾਲੇ ਇਸ ਮਾਮਲੇ 'ਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਅਜਿਹੀਆਂ ਕਾਰਵਾਈਆਂ ਵੱਲ ਨੂੰ ਅੱਗੇ ਵਧਾ ਰਹੇ ਹੈ ਕੇਸ ਨੂੰ। ਬਿਲਕੁਲ ਸਿੱਧੂ ਸਾਹਿਬ, 14 ਤਰੀਕ ਦਾ ਰਿਜ਼ਰਵ ਰੱਖਿਆ ਗਿਆ ਸੀ ਫੈਸਲਾ, ਮੇਰੇ ਮੂਹਰੇ ਪਈ ਆ ਔਡਰ ਦੀ ਕਾਪੀ ਬੇਲ ਦੇ ਦੀ, ਤਕਰੀਬਨ 28 ਪੇਜਾਂ ਦਾ ਲੰਮਾ ਚੌੜਾ ਫੈਸਲਾ ਜੀ। ਮੈਂ ਥੋੜ੍ਹਾ ਜਿਹਾ ਪਹਿਲੀ ਗੱਲ ਕਰਾਂ, 7.5 ਸਾਲ ਇਸ ਮੁੱਦੇ ਨੂੰ ਲੈ ਕੇ, ਇਸ ਇਸ਼ੂ ਨੂੰ ਲੈ ਕੇ ਖੂਬ ਸਿਆਸਤ ਹੋਈ ਅਤੇ ਹਾਲਾਤ ਇਹੋ ਜਿਹੇ ਬਣ ਗਏ ਸੀ ਕਿ ਅਕਾਲੀ ਦਲ ਦੇ ਸਰਮੌਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਉਹਨਾਂ ਦੀ ਪੂਰੀ ਟੀਮ ਨੂੰ ਹਰਿਮੰਦਰ ਸਾਹਿਬ ਜਾ ਕੇ ਨਕਮਸਤਕ ਹੋਣਾ ਪਿਆ ਅਤੇ ਅਰਦਾਸ ਕਰਨੀ ਪਈ। ਅਤੇ ਉਸ ਤੋਂ ਬਾਅਦ ਇੱਕ ਸਟੇਜ ਇਹੋ ਜਿਹੀ ਆ ਗਈ ਸੀ ਜਦੋਂ ਸਰਦਾਰ ਆਪਣੇ ਪ੍ਰਕਾਸ਼ ਸਿੰਘ ਬਾਦਲ ਆਪਦੇ ਲਾਮ ਲਕਸ਼ਰ ਤਹਿਤ ਚੰਡੀਗੜ੍ਹ ਆਏ ਸੀਗੇ ਵੀ ਜੇ ਤੁਸੀਂ ਮੈਨੂੰ ਹੀ ਅਰੈਸਟ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਅਰੈਸਟ ਕਰ ਲਓ। ਪਰ ਮੈਂ ਸਮਝਦਾ ਆਹ ਜਿਹੜਾ ਘਟਨਾਕ੍ਰਮ ਆ ਜਿਸ ਨੂੰ ਲੈ ਕੇ ਆਪਾਂ ਅੱਜ ਬੈਠੇ ਹਾਂ, ਮਾਫ਼ ਕਰਨਾ ਕਈਆਂ ਦੇ ਸ਼ਾਇਦ ਹਿਰਦਰੇ ਵੀ ਬਲੂੰਦਰੇ ਜਾਣ ਦਾ ਦੁੱਖ ਲੱਗੇ, ਇਹ ਅਕਾਲੀ ਦਲ ਦੀ ਸਿਆਸਤ ਦੇ ਤਬੂਤ ਵਿੱਚ ਇੱਕ ਕਿੱਲ ਸਥਾਪਿਤ ਹੋਊਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਰਟ ਦੇ ਵਿੱਚ ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਐਂਟੀਸਪੇਟਰੀ ਬੇਲ ਫਾਈਲ ਕਰਨੀ, ਇਹ ਅਕਾਲੀ ਦਲ ਵੱਲੋਂ ਇੱਕ ਬਲੰਡਰ ਮਿਸਟੇਕ ਹੋਊਗੀ ਇਨ ਦਾ ਪੋਲੀਟੀਕਲ ਹਿਸਟਰੀ ਆਫ ਪੰਜਾਬ। ਕੇਸ ਮੈਂ ਦੇਖ ਲਿਆ, ਤੁਸੀਂ ਦੇਖ ਲਿਆ, ਅੱਜ ਮੈਂ ਉਸ ਲੀਗੈਲਿਟੀ 'ਤੇ ਕੋਈ ਵਾਲੇ ਕਮੈਂਟ ਨਹੀਂ ਕਰਨਾ ਚਾਹੂੰਗਾ, ਪਰ ਜੇ ਵਾਕਿਆ ਹੀ ਮਾਫ਼ ਕਰਨਾ, ਮੈਂ ਮਾਫ਼ੀਆਂ ਜ਼ਿਆਦਾ ਮੰਗੂੰਗਾ ਕਿਉਂਕਿ ਵੱਡੇ ਬਾਦਲ ਸਾਹਿਬ ਇੱਕ ਬਜ਼ੁਰਗ ਨੇਤਾ ਅਤੇ ਸਾਡੇ ਪ੍ਰਦਾਦਿਆਂ ਸਮਾਨ ਨੇ, ਉਹਨਾਂ ਦਾ ਜਿਹੜਾ ਡਬਲ ਕਰੈਕਟਰ ਸੀਗਾ ਉਹ ਆਖਰੀ ਸਮਾਂ, ਮੈਂ ਕਹਿੰਦਾ ਉਹ ਆਖਰੀ ਟਾਈਮ ਆ ਇਹ ਜਿੱਥੇ ਇੱਕ ਵਾਰੀ ਫਿਰ ਰਿਫਲੈਕਟ ਹੋਇਆ ਵਾ। ਕਿਉਂਕਿ ਜੇ ਅਸੀਂ ਅਕਾਲੀ ਦਲ ਦੀ ਗੱਲ ਕਰੀਏ, ਕਹਿਣਾ ਕੁਛ ਕਰਨਾ ਕੁਛ, ਅਤੇ ਵੱਡੇ ਬਾਦਲ ਸਾਹਿਬ ਦੀ ਰਾਜਨੀਤੀ ਤਕਰੀਬਨ ਪਾਰਟੀ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਚੱਲਦੀ ਆ ਰਹੀ ਆ। ਜਿਸ ਤਰ੍ਹਾਂ ਉਹਨਾਂ ਨੇ ਇੱਕ ਪੋਲੀਟੀਕਲੀ ਕਿੱਕ ਮਾਰੀ ਸੀ ਪਿਛਲੇ ਵਿੰਟਰਸ ਦੇ ਵਿੱਚ ਵੀ, ਜੇ ਤੁਸੀਂ ਮੈਨੂੰ ਅਰੈਸਟ ਕਰਨਾ ਤਾਂ ਕਰ ਲਓ, ਜੇ ਉਹ ਸਿੱਧੂ ਸਾਹਿਬ ਇਹ ਬੇਲ ਐਪਲੀਕੇਸ਼ਨ ਨਾ ਵੀ ਫਾਈਲ ਕਰਦੇ ਤਾਂ ਮੇਰਾ ਇਹ ਮੰਨਣਾ ਵੀ ਸਰਕਾਰ ਨੇ ਮਜਬੂਰ ਹੋ ਜਾਣਾ ਸੀਗਾ ਉਹਨਾਂ ਨੂੰ ਬਾਹਰ ਕੱਢਣ ਲਈ, ਉਹਨਾਂ ਨੂੰ ਪਾਸੇ ਕਰਨ ਲਈ, ਅਤੇ ਪਰ ਉਹਨਾਂ ਨੇ ਆ ਕਰਕੇ, ਪਤਾ ਨਹੀਂ ਉਹਨਾਂ ਦੇ ਸਲਾਹਕਾਰ ਕੌਣ ਨੇ ਕੀ ਨੇ, ਅਤੇ ਅੱਜ ਦਾ ਇਹ ਦੇਖਣਾ ਪੈ ਰਿਹਾ। ਵਾਕਿਆ ਹੀ ਸਹੀ ਗੱਲ ਆ, ਮੈਂ ਆਪਦੇ ਕੋ ਪੈਨਲਿਸਟਾਂ ਨਾਲ ਸਹਿਮਤ ਹਾਂ ਵੀ ਅਕਾਲੀ ਦਲ ਲਈ ਇਹ ਇੱਕ ਵੱਡਾ ਝਟਕਾ ਹੈਗਾ ਵਾ। ਝਟਕਾ FIR ਦਰਜ ਹੋਈ ਉਹ ਨਹੀਂ, ਚਲਾਣ ਪੇਸ਼ ਹੋਇਆ ਉਹ ਨਹੀਂ, ਪਰ ਬਾਦਲਾਂ ਵੱਲੋਂ ਬੇਲਾਂ ਲਾਉਣੀਆਂ, ਅਤੇ ਉਦੋਂ ਉਹ ਵੀ ਸੀ ਸਭ ਉਦੋਂ ਜਦੋਂ ਉਹਨਾਂ ਨੇ ਹਜੇ ਤੱਕ ਆਪਦੇ ਅਗੇਂਸਟ ਦੋਸ਼ ਪੱਤਰ ਕਾਪੀ ਆਫ ਚਲਾਨ ਵੀ ਨਹੀਂ ਪੜ੍ਹੀ, ਕਿਉਂਕਿ ਅਦਾਲਤ ਨੇ ਹਜੇ ਉਹਨਾਂ ਨੂੰ ਚਲਾਨ ਦੀ ਕਾਪੀ ਹੈਂਡਓਵਰ ਨਹੀਂ ਕੀਤੀ। ਅਤੇ ਇੱਕ ਐਡੀ ਬਹਾਦਰ ਜਰਨੈਲ ਪਾਰਟੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਉਹਨਾਂ ਨੇ ਬੇਲ ਫਾਈਲ ਕੀਤੀ, ਇਹਦੇ ਪੋਲੀਟੀਕਲ ਮਾਇਨੇ ਦਾ ਜਿਹੜੇ ਪੋਲੀਟੀਕਲ ਮਹਾਂਪੰਡਿਤ ਹੈਗੇ ਆ ਉਹ ਕੱਢਣਗੇ ਹੀ ਕੱਢਣਗੇ। ਮੈਂ ਥੋੜ੍ਹਾ ਜਿਹਾ ਕੇਸ 'ਤੇ ਜਾਣਾ ਚਾਹਾਂ ਬਰਾਜੀ ਜੀ, ਮੈਂ ਇੱਕ ਸਵਾਲ ਜਿਹੜਾ ਜਿੱਦਾਂ ਤੁਸੀਂ ਕਹਿ ਰਹੇ ਹੋ, ਸ਼ਾਇਦ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਜਿਹੜੇ ਸੁਣ ਰਹੇ ਆ ਤੁਹਾਨੂੰ, ਕਿ ਆਖਿਰਕਾਰ ਜਿਹੜੀ ਅਦਾਲਤ ਦਾ ਫੈਸਲਾ ਆਇਆ ਉਹਦੇ 'ਚ ਖਾਸ ਗੱਲਾਂ ਕੀ ਹੈਗੀਆਂ, ਅਗਰ ਤੁਸੀਂ ਸਮੁੱਚੇ ਕੇਸ 'ਤੇ ਨਿਗਾਹ ਮਾਰੀ ਅਦਾਲਤੀ ਫੈਸਲੇ 'ਤੇ ਕਿਵੇਂ ਦੇਖਦੇ ਹੋ, ਬਰੀਫ ਜਾਣਕਾਰੀ ਦੇ ਸਕਦੇ ਹੋ? ਬਿਲਕੁਲ ਬਿਲਕੁਲ, ਅਦਾਲਤ ਦਾ ਫੈਸਲਾ ਬੜਾ ਡਿਟੇਲਡ ਔਰਡਰ ਹੈਗਾ, ਜਿਨ੍ਹਾਂ ਨੇ ਪੂਰੇ ਕਰਨੋਲੋਜੀ ਆਫ ਈਵੈਂਟਸ ਨੂੰ ਇੱਥੇ ਲਿਖਿਆ ਵਾ ਔਰਡਰਸ ਦੇ ਵਿੱਚ। ਸੁਖਬੀਰ ਸਿੰਘ ਬਾਦਲ ਦੇ ਮੁਤਲਕ ਉਹਨਾਂ ਨੇ ਲਿਖਿਆ ਵੀ 14 ਤਰੀਕ ਨੂੰ ਫਾਇਰਿੰਗ ਹੁੰਦੀ ਆ, 12 ਤਰੀਕ ਨੂੰ ਇਹ ਜਾਣ ਬੁੱਝ ਕੇ ਪੰਜਾਬ ਨੂੰ ਛੱਡ ਕੇ ਗੁੜਗਾਓਂ ਚਲੇ ਗਏ ਸੀ, ਜਾਣਦੇ ਹੋਏ ਵੀ ਕਿ ਬੇਦੋਸ਼ੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਵਾ ਅਤੇ ਪ੍ਰੋਟੈਸਟਰਸ ਉੱਥੇ ਪੀਸਫੁਲੀ ਬੈਠੇ ਹੋਏ ਆ। ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਨੋਮੀਨੇਟ ਕੀਤਾ ਵਾ, ਬਈ ਇਹਨਾਂ ਨੇ ਸੁਮੇਧ ਸੈਣੀ ਨੂੰ ਕਿਤੇ ਨਾ ਕਿਤੇ ਅਬੇਟ ਕੀਤਾ ਵਾ ਉਸ ਇੰਸੀਡੈਂਟ ਲੈਣ ਲਈ, ਇਹ ਜਾਣਦੇ ਸੀਗੇ ਵੀ ਉੱਥੇ ਪੀਸਫੁਲ ਪ੍ਰੋਟੈਸਟ ਹੋ ਰਿਹਾ। ਰਲਾ ਮਿਲਾ ਕੇ 120B ਦੇ ਵਿੱਚ ਇਹਨਾਂ ਦੀ ਇੰਪਲੀਕੇਸ਼ਨ ਇਸ ਔਰਡਰ ਦੇ ਵਿੱਚ ਹੋਈ ਹੈ। ਸੋ ਸਭ ਲੀਗਲੀ ਇਹਦੇ 'ਚ ਕੁਛ ਮੈਨੂੰ ਬਾਹਲਾ ਕੱਢਣ ਪਾਉਣ ਨੂੰ ਲੱਗਦਾ ਨਹੀਂਗਾ। ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਹੱਸ ਕੇ ਹੋ ਜਾਣੀ ਆ ਹਾਈਕੋਰਟ 'ਤੇ, ਪਰ ਅਕਾਲੀ ਦਲ ਨੇ ਜਿਹੜਾ ਪੋਲੀਟੀਕਲੀ ਗੋਲ ਕਰਾ ਲਿਆ, ਇਹਦੀ ਭਰਪਾਈ ਸ਼ਾਇਦ ਮੈਨੂੰ ਲੱਗਦਾ ਅਕਾਲੀ ਦਲ ਦੇ ਆਉਣ ਵਾਲੀਆਂ ਜਨਰੇਸ਼ਨ 'ਚ ਵੀ ਨਾ ਹੋਵੇ। ਬਿਲਕੁਲ, ਆਪਾਂ ਜਵਾ ਲੈਂਦੇ ਹਾਂ, ਸ਼ਾਇਦ ਮਠਾੜੂ ਸਾਹਿਬ ਜਿਹੜਾ ਟੈਕਨੀਕਲ ਤੌਰ 'ਤੇ ਜੋ ਪ੍ਰੋਬਲਮ ਸੀ, ਮਠਾੜੂ ਸਾਹਿਬ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ। ਮਠਾੜੂ ਸਾਹਿਬ, ਜੋ ਬਰਾਗੀ ਜੀ ਨੇ ਕਿਹਾ ਇੱਕ ਵੱਡਾ ਸਵਾਲ ਤੁਸੀਂ ਆਪ ਵੀ ਜਿਹੜਾ ਹੈਗਾ
वकालत दे तौर ते बड़ी बरीकी नाल देखदे हो सारे मामलों नूं। ब्रागी दा कहना कि जो जमानत दी अगाऊं जमानत दी अर्जियां लाई गईआं, कहिंदे केस दी इन्नी गल नहीं, केस ते शायद हाई कोर्ट चों दा अपना ही कहना कि हस के जमानत हो जाएगी, पर कहिंदे अपने आप ते वड्डा गोल करा लिया जदों अगाऊं जमानत दीआं अर्जियां देतीआं। इन्हां दी राय आ, जिन्हां दा सवाल है कि बनदा नहीं सी अर्जियां देणीआं, सरकार नूं अपने आप ही फैसले लैणे पैणे सी। देखो गल पता की है, मैं एक कहूंगा सिद्धू साहब कि जिन्हें साढ़े मानसिक बुला के बैठे आ, जिन्निया पोलिटिकल पार्टियां और जिन्निया जथेबंदियां और जिन्हें साढ़े श्रोमणी अकाली दल के विरोधी है, सारियां नूं फिकर बादल परिवार का पिया, बादल ने करता बादल नो करता। मैं एक गल पुछनी चाहांगा, साढ़े अमरिंदर सिंह जी ने भी गल की भी बादलों सैड जाना चाहिए। मैं हैरान एक गल कि श्रोमणी अकाली दल का ना तो कोई वर्कर ना कोई लीडरशिप की मिली थी, अज तक उन्होंने किसी ने गल नहीं कही कि बादल परिवार को पास जोड़ देना चाहिए। कहते कौन है जेडे लोग कांग्रेस जेल देना, जो बीजेपी के हथा जेल देना, जेडे लोग मोदी जिन्होंने हजम नहीं हो रहा, श्रोमणी अकाली दल नवंबर जथेबंदी आ हजम नहीं हो रहा, वो सलाह देंगे। इन्हों मेरी बेनती है कि भाई जे श्रोमणी अकाली दल के सुधार करना तो लगता है, जैसे सामू नहीं लगता तो नहीं लगता, तो तुम श्रोमणी अकाली दल के ज्वाइन क्यों नहीं करते? तो बड़ा फिक्र पिया पंजाब का श्रोमणी अकाली दल का, पंजाबियों का, सिख सिखा की जमात का। अपने सिरा से दस्तारा सजा के उन्होंने पार्टियों के साथ खड़े हो जिन्होंने पंजाब का नुकसान किया। एक गल हम गल करते हैं कोटकपूरा, पहली गल तो मैं जी गुरु ग्रंथ साहब की बेअदबी का मुद्दा है, वो कोई इशू नहीं है इस केस के लिए। वो चलान पेश हो चुके हैं, कई बंदे सजावं हो चुकी हैं तीन तीन साल दी, और बेअदबी वाले इशू यह है जी कोटकपूरे जी गोली चली। बड़े दुख की गल है, एक वकील इतने बठिंडे का वकील है, मैं सारा की मैं तक उपर जानता भी नहीं, वो इतने न्यूज चैनल के उपर वाइट दे रहा कल, वो कहता मैं उसे जाके बहस की और डॉक्टर साहब को दसिया कि इस दो कतल हुए हैं जी। मैं हैरान है जिन्हें लोगों को केस की पूरा वाला नहीं पता, केस की एबीसी नहीं पता, वो लोग न्यूज चैनलों के उपर जाके डिबेटा करते हैं, न्यूज चैनलों के उपर जाके इंटरव्यू देते हैं। मैं हैरान इस गल तो है, सिर्फ जी एक्सरसाइज नहीं पी एम पी की अपनी मशहूरी लैन खातर। दूजी गल मैं तुम्हें बड़े तरीके ये गल दस दिता, चलो बैरागी साहब की वधिया गल है, इन्हों की मंशा है कि हक की बेल हो जानी है, ये जी थलो बेल रिजैक्ट की कोई झटके झुटके वाली कोई गल नहीं है। पहले ही सानू पता थी क्योंकि जो पहला यह मैं हाई कोर्ट के पेंडी है, हाई कोर्ट से मैं खा चुके हैं, जलों मैटर हाई कोर्ट के जाते सानू एडवोकेट मैं तुम्हें पता लीगल जो दस दें तो थले जे जज होंगे डिस्ट्रिक्ट जज होंगे या सैशन जज होंगे या लोअर कोर्ट होंगी, मैं हाई कोर्ट के बाद केस जा जाए उस बाद जो लीगल थले होने उठी है। चलो सरदार प्रकाश सिंह बादल जो उन्होंने की उम्र का फैसला कदम की है, कोर्टा भी पता है यह सारा सब सामने आ जाना कि जिस तरह झूठे केसा चुपाया गया। हम वारिस बिश्नोई का जो इंटरव्यू हो तो फिर भगवंत मान की इनवॉलमेंट होगी, जेल मंत्री भी हुई है, गृह मंत्री भी हुई है, फिर तो उन्होंने करवाया होना, फिर जो गुरकाली माता मंदिर में गोली लगी थी एक बंदे के पट दे थे वो भगवंत मान ने करवाई होनी, और जी सिद्धू मूसेवाले का मर्डर होया लीक की है वो भी फिर भगवंत मान के पर्चा दर्ज होना चाहिए। तो यह जो फजूल दिया इन्होंने सदभाव दिखा दिए, बादल 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 करके जी बदनामी परती उसू अपने चुपा तो बचने की लोगों ने गुस्से तो बचने उन्होंने जो सारा काम किया दूसरे किस्से व्यू पॉइंट आ गया बने रहो। बाकी मेहमानों तो इन्होंने मुद्दों तो सारे मेहमान अपने अपने तौर पर कमेंट करना चाहते, एक भावुक मुद्दा भी है, संवेदनशील भी है। ब्रागी साहब कहना चाहते हैं, फिर अमरिंदर जी और डॉक्टर पीमिंदर जी। जी मठाणा साहब बिल्कुल तुहाडी गल इस गल इस हद तक सही है कि मर्डर दे नाल इहदा दा कोई लेना देना नहीं गा, पर मैं इत्थे व्यूअर्स नूं भी क्लीयर कर देना चाहुंदा, एफ आई आर 192 2015 च होई सीगी, एफ आई आर 129 2018 च होई सी, ये सरदार अजीत सिंह सी जी दे पट दे विच गोली लगी सी। पर मठारू साहब ये कहना कि बेअदबी नाल इसका लेना जाना नहीं गा, ये सरासर गलत आ।
क्योंकि प्रोसैशन उही सीगा, प्रोटेस्टर उही सीगे, इंसीडेंट जिहड़ी ओकरेंस सीगी ओह सेम सीगी, इह बंदे दे वी सट वजी सी उस इंसीडेंट नूं लै। राजू साहब अकरंस सेम नहीं हुंदा, जे अकरंस सेम होवे तां इक एफ आई आर दे विच ही इन्वेस्टिगेशन हुंदी। सर रह गया सी, रह गया सी मठाड़ू साहब, देखो आपां आपां ना तां इत्थे बरी करन वाले आ ना सजा देण वाले आ। बिलकुल अलग है, मैं तो इस गल नाल तां सहमत हां। सिर्फ एक एफ आई आर ही कटी जाती है, लीगल प्रोसीजन है। सर 2018 दे विच जिहड़ी एफ आई आर होई सीगी पट दे विच जीत सिंह दे गोली लगी सी, आपां देखो ना तां बाल साहब नूं इत्थे सज़ा देनी आ ना ही बरी करना वा। अज तां जिहड़ा कुछ आ पब्लिक दे सामणे आ, थोड़ी जी पेशेंस रखो। पहलां ही तुसीं इह इस पुणे नूं लै के बहुत नुकसान करा लिया आपदा, जे थोड़ा जिहा ठरमे नाल चलदे तां अज इह इहो जिहा कुछ ना हुंदा। पोलीटिकली शायद तुसीं काफ़ी कुछ सिक्योर कर जांदे। मैं सिर साहब आपदी पहली गल नाल कंटिन्यू करना चाहुंदा, जज ने आपदी ऑब्जरवेशन विच कहा वा, चलो मठाड़ू साहब साढ़े वड्डे भरा ने, वह कहिंदे बादलों की सानू कस्टडी की लोड़ नहीं गी। जिहड़ी मैं गल करदा भी इन्हां ने सैल्फ गोल करा लिया, भी इन्हां ने जिहड़ियां चलाण की कापी मिलण तो ईवन पहलां जमानतां लातियां, ऊं तां बहादुरां की पार्टी आ, शहीदां की असी पार्टी हैगी भी आ, पर इस किरदार नूं लैके जे आपां जिउवांगे तां किवें अकाली दल सरवाइव होऊ। उह जज ने कहा पैरा नंबर हैगा 39-49 पेज नंबर 20, मैं जे कहूं तां पढ़ दिंदा, fairly conceding that applicants are not required for custodial interrogation, but it is the asserted by the learned public prosecutor and special prosecutor for the state that the gravity of the offense, offense di gravity nu madde nazar rakhde hoye inna diyan bela kitiyan va, mere kehne da matlab je na vi launde ta vi kithe na kithe akali dal di izzat vaj jani si gi। oh yaar tusi kitna diyan gallan kiyan sir kitab 23 23 ਤਰੀਕ ਵਾਸਤੇ ਕੋਰਟ ਨੇ ਸਮਨ ਕੀਤਾ, ਕ੍ਰਿਮੀਨਲ ਕੇਸ ਹੈ, ਜਦੋਂ ਕੋਰਟ ਦੇ ਚੇਂਜ ਨਹੀਂ ਹੈ ਉਹਦੇ ਚ ਬੇਲ ਕਰਾਉਣੀ ਹੀ ਪੈਂਦੀ ਆ। ਤੁਸੀਂ ਰੈਮਡੀ ਆ, ਜਦੋਂ ਰੈਮਡੀ ਆ ਜੀ, ਇਹ ਕਿਉਂ ਚਾਹੁੰਦੇ ਹੋ ਕਿ ਤੁਸੀਂ ਅੰਦਰ ਹੀ ਜਾਓ, ਅੰਦਰ ਹੀ ਜਾਓ। ਵਕੀਲ ਸਾਹਿਬ ਤੁਸੀਂ ਆਪ ਅੰਦਰ ਹੋਣ ਲਈ ਆਏ ਸੀ ਚੰਡੀਗੜ੍ਹ, ਵਕੀਲ ਸਾਹਿਬ ਵੱਡੇ ਬਾਦਲ ਸਾਹਿਬ ਆਏ ਸੀ ਵੀ ਮੈਨੂੰ ਗ੍ਰਿਫਤਾਰ ਕਰੋ, ਮੈਨੂੰ ਗ੍ਰਿਫਤਾਰ ਕਰੋ, ਚਲਾਣ ਦੀ ਕਾਪੀ ਮਿਲੀ ਨਹੀਂ, ਤੁਸੀਂ ਦੁਹਾਈਆਂ ਪਾਈ ਜਾਂਦੇ ਹੋ, ਜੇ ਜੇ ਦੋ ਦਿਨ ਤੁਸੀਂ ਅੰਦਰ ਵੀ ਚਲੇ ਜਾਂਦੇ ਅਕਾਲੀ ਦਲ ਦੀ ਇੱਜ਼ਤ ਵੱਜ ਜਾਂਦੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕੇਸ ਤਾਂ ਮੂਹਰੇ ਆਪਣੇ ਸਰ ਸਾਂਝੇ ਕਰਕੇ ਤਾਂ ਮੈਂ ਸਾਂਝੀ ਜੀ ਗੱਲ ਕਰ ਰਿਹਾ ਵੀ ਕੇਸ ਮੂਹਰੇ ਆ, ਨਾ ਆਪਾਂ ਕੁਝ ਕਰ ਸਕਦੇ ਹਾਂ, ਪਰ ਅਸਲੀਅਤ ਇਹ ਆ ਵੀ ਅਕਾਲੀ ਦਲ ਨੇ ਸੈਲਫ ਗੋਲ ਕਰਾ ਲਿਆ, ਐਡੀ ਛੇਤੀ ਦੀ ਲੋੜ ਨਹੀਂ ਸੀ। 23 ਤਰੀਕ ਨੂੰ ਤੁਹਾਨੂੰ ਕਾਪੀ ਮਿਲਣੀ ਸੀ, ਜੇ 2-7 ਦਿਨ ਅੰਦਰ ਵੀ ਚਲੇ ਜਾਂਦੇ ਪੰਜਾਬ ਨਹੀਂ ਪੰਜਾਬੀ ਨਹੀਂ ਤੇ ਘੱਟੋ ਘੱਟ ਤੁਹਾਡਾ ਕੈਡਰ ਤਾਂ ਸੜਕਾਂ 'ਤੇ ਆ ਜਾਂਦਾ। ਪੋਲੀਟੀਕਲੀ ਤੁਸੀਂ ਤਾਂ ਐ ਡਰ ਗਏ ਜਿਵੇਂ ਪਤਾ ਨਹੀਂ ਤੁਹਾਨੂੰ 20 ਸਾਲਾਂ ਲਈ ਅੰਦਰ ਭੇਜ ਰਹੇ ਹੁੰਦੇ ਆ। ਮੈਂ ਇਸ ਗੱਲ ਨੂੰ ਸਬਮਿਟ ਕਰਨਾ ਚਾਹੁੰਦਾ ਮਟਰ ਸਾਹਿਬ, ਤੁਸੀਂ ਵਕੀਲ ਹੋ, ਲੀਗਲੀ ਆਪਾਂ ਨਾ ਬਹਿਸ ਕਰੀਏ। ਰੈਕਟ ਸਾਹਿਬ ਵੀਰ ਤਾਂ ਲੋ ਜੀ, ਇੱਕ ਲੋਕਾਂ ਨੇ ਇੱਥੇ ਨਿਊਜ਼ ਚੈਨਲ ਦੇ ਵਿੱਚ ਕਿਹਾ ਸੀ, ਦੇਖੋ ਜੀ ਇਹ ਪੋਲਿਟਿਕਸ ਕਰਦੇ ਨੇ ਯਾਰ, ਉਹ ਵੱਖਰੀਆਂ ਗੱਲਾਂ ਅੰਦਰ ਚੱਲਣਗੇ, ਇਹਨਾਂ ਨੇ ਪੋਲਿਟੀਕਲ ਮਾਇਲੇਜ ਲੈਣ ਤੋਂ ਕਿਤੇ ਅੰਦਰ ਚਲੇ, ਤੁਸੀਂ ਤਾਂ ਕਿਸੇ ਪਾਸੇ ਕੋਨਾ ਸਰ, ਜਿਹੜਾ ਦਸੰਬਰ ਦੇ ਵਿੱਚ ਤੁਸੀਂ ਲਾਮ ਲਕਸ਼ਨ ਲੈ ਕੇ ਚੰਡੀਗੜ੍ਹ ਆਏ ਸੀ ਅਰੈਸਟ ਕਰ ਲੋ, ਤੇ ਉਹ ਤੁਸੀਂ ਪੋਲਿਟੀਕਲ ਮਾਇਲੇਜ ਨਹੀਂ ਸੀ ਲੈ ਰਹੇ। ਗ੍ਰਿਫਤਾਰ ਕਰ ਲੋ ਵੀ ਹੁਣ ਲਿਖੇ ਦੀ ਕੀ ਲੋੜ ਪੈ ਗਈ ਸੀ, ਰੁਕ ਜਾਂਦੇ 2 ਦਿਨ, 23 ਤਰੀਕ ਤਾਂ ਵੇਟ ਕਰ ਲੈਂਦੇ। ਨਹੀਂ ਸਰਕਾਰ ਦੇ ਤਾਂ ਗੱਲ ਹੀ ਹੈ ਨੀ, ਕੋਰਟ ਦੇ ਵਿੱਚ ਮੈਟਰ ਹੈ, ਕੋਰਟ ਦੇ ਵਿੱਚ ਬੇਲ ਆਈ ਹੈ, ਮਠਾੜੂ ਜੀ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਤੋਂ ਲੱਗ ਰਿਹਾ ਸੀ ਲਗਾਤਾਰ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਉਸ ਪਾਸੇ ਵੱਲ ਨੂੰ ਖਾਮ ਖਾ ਜਿਹੜਾ ਬਾਦਲਾਂ ਨੂੰ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ। ਸਿੱਧੂ ਸਾਹਿਬ ਜਿਹੜਾ ਅਕਾਲੀ ਦਲ ਦਾ ਹੰਕਾਰ ਹੈ ਉਹ ਇਹਨਾਂ ਦੀ ਬੁਨਿਆਦੀ ਜਿਹੜੀ ਬਿਮਾਰੀ ਹੈ। ਔਰ ਕੋਈ ਵੀ ਬੰਦਾ ਤੁਸੀਂ ਚਾਹੇ ਵੱਡੇ ਬਾਦਲ ਸਾਹਿਬ ਤੁਸੀਂ ਦੇਖ ਲਓ, ਚਾਹੇ ਛੋਟੇ ਦੇਖ ਲਓ, ਚਾਹੇ ਇਹਨਾਂ ਦਾ ਹੋਰ ਵੱਡੇ ਲੀਡਰ ਸਾਹਿਬਾਨ ਦੇਖ ਲਓ, ਉਹ ਪਹਿਲਾਂ ਕਹਿੰਦੇ ਸੀ ਅਸੀਂ 25-25 ਸਾਲ ਰਾਜ ਕਰਨਾ,
और ਇਹ ਗੱਲ ਤੇ ਤਾਂ ਆ ਹੀ ਨਹੀਂ ਰਹੇ ਕਿ ਸਾਡਿਆਂ ਇੱਕ ਕੁਰਬਾਨੀਆਂ ਭਰਿਆ ਇਤਿਹਾਸ ਅਸੀਂ ਤਾਂ ਸਾਰੇ ਆਪਾਂ ਤਾਂ ਇਹ ਮੰਨਣ ਨੂੰ ਤਿਆਰ ਬੈਠੇ ਹਾਂ ਕਿ ਤੁਹਾਡਾ ਇਤਿਹਾਸ ਅਕਾਲੀ ਸ਼ਬਦ ਤੁਸੀਂ ਦੇਖੋ ਜਿਹੜਾ ਕਾਲ ਤੋਂ ਡਰਦਾ ਨਹੀਂ ਹੈ ਜਿਹੜਾ ਮੌਤ ਤੋਂ ਨਹੀਂ ਡਰਦਾ ਇਹ ਇੱਕ ਛੋਟੇ ਜਿਹੇ ਮਤਲਬ ਤੁਸੀਂ ਦੇਖੋ ਕਿ ਕੇਸ ਤੋਂ ਡਰ ਰਹੇ ਨੇ ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਉਹਦਾ ਹੰਕਾਰ ਕਿਸੇ ਤੋਂ ਡਰਨ ਦੀ ਗੱਲ ਨਹੀਂ ਉਹ ਕਹਿ ਰਿਹਾ ਕਿ ਜਾਤੀ ਜਿਹੜਾ ਹੈਗਾ ਅੱਜ ਤਿੰਨ ਸੀਟਾਂ ਉਹਨਾਂ ਦੀ ਰਹਿ ਗਈਆਂ ਨੇ ਸਿਆਸਤ ਤੋਂ ਪ੍ਰੇਰਿਤ ਹੈ ਅੱਜ ਉਹਨਾਂ ਦੀ ਹੋਂਦ ਦੇ ਉੱਤੇ ਖਤਰਾ ਜਿਹੜਾ ਹੈ ਮੰਡਰਾ ਰਿਹਾ ਸੋ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ ਔਰ ਸਾਰੇ ਪੰਥ ਤੋਂ ਪੰਜਾਬੀਆਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਔਰ ਇੱਕ ਚੰਗੇ ਇਨਸਾਨ ਦੇ ਤੌਰ ਤੇ ਮੈਨੂੰ ਲੱਗਦਾ ਕਿ ਆਪਣੀ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਔਰ ਜੋ ਅਦਾਲਤ ਕਰ ਰਹੀ ਹੈ ਉਹਦੇ ਉੱਤੇ ਜਿਹੜਾ ਹੈਗਾ ਆਪਣੀ ਆਪਣੀ ਜਿਹੜਾ ਹੈਗਾ ਸਹਿਮਤੀ ਜਤਾਉਣੀ ਚਾਹੀਦੀ ਹੈ ਉਹਨਾਂ ਨੂੰ ਔਰ ਆਰਾਮ ਨਾਲ ਜਿਹੜਾ ਹੈਗਾ ਆਪਣਾ ਕੰਮ ਕਰਨਾ ਚਾਹੀਦਾ ਲੋਕ ਉਹਨਾਂ ਨੂੰ ਮਾਫ਼ ਕਰ ਦੇਣਗੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਲੋਕਾਂ ਨੇ ਤਾਂ ਕਾਂਗਰਸ ਤੱਕ ਨੂੰ ਮਾਫ਼ ਕਰਤਾ ਸੀਗਾ ਪੰਜਾਬੀਆਂ ਨੇ ਜਿਨ੍ਹਾਂ ਨੇ 84 ਦੇ ਵਿੱਚ ਦੰਗੇ ਕਰਵਾਏ ਸੀਗੇ ਔਰ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਸੀਗਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਉਹ ਇਤਿਹਾਸ ਤੋਂ ਸਬਕ ਸਿੱਖੇ ਇਤਿਹਾਸ ਤੋਂ ਆਪਣਾ ਹੰਕਾਰ ਨਾ ਇੰਨਾ 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 ਹੰਕਾਰੀ ਨਾ ਹੋਵੋ ਹੰਕਾਰਿਆ ਸੋ ਮਾਰਿਆ ਆਪਾਂ ਸਾਰੇ ਜਾਣਦੇ ਹਾਂ ਸੋ ਕਿਰਪਾ ਕਰਕੇ ਅਦਾਲਤ ਦੇ ਫੈਸਲੇ ਨੂੰ ਮੰਨੋ ਔਰ ਇਹ ਜਿਹੜੀਆਂ ਅਰਜ਼ੀਆਂ ਤੁਸੀਂ ਲਾ ਰਹੇ ਹੋ ਡਰ ਰਹੇ ਹੋ ਇਹਦਾ ਮਤਲਬ ਅੰਦਰੋਂ ਤੁਸੀਂ ਡਰੇ ਹੋਏ ਹੋ ਉਹ ਡਰ ਤੁਹਾਨੂੰ ਕੱਢ ਦੇਣਾ ਚਾਹੀਦਾ ਔਰ ਜਿਵੇਂ ਬਰਾਗੀ ਸਾਹਿਬ ਨੇ ਕਿਹਾ ਕਿ ਜਿਵੇਂ ਉਹਨਾਂ ਨੇ ਪਹਿਲਾਂ ਹਿੰਮਤ ਦਿਖਾਈ ਸੀ ਵੱਡੇ ਬਾਦਲ ਸਾਹਿਬ ਨੇ ਉਹਨਾਂ ਨੂੰ ਇਹ ਅੱਜ ਇਹੀ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਤਾਂ ਹਾਜ਼ਰ ਹਾਂ ਤੁਸੀਂ ਲਾਓ ਸਾਨੂੰ ਜੋ ਗ੍ਰਿਫਤਾਰੀਆਂ ਉਹਨਾਂ ਨੂੰ ਦੇਣੀਆਂ ਬਣਦੀਆਂ ਸੀ ਅੱਜ ਦੇ ਦੇਣੀਆਂ ਚਾਹੀਦੀਆਂ ਸੀਗੀਆਂ ਆਪਾਂ ਜਵਾਬ ਦੇ ਰਹੇ ਹਾਂ ਮਟਾੜੂ ਸਾਹਿਬ ਤੋਂ ਜੀ ਮਟਾੜੂ ਸਾਹਿਬ ਡਾਕਟਰ ਭੀਮਿੰਦਰ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਸੀਗਾ ਔਰ ਇਦਾਂ ਦੀ ਕੋਈ ਵਜ੍ਹਾ ਨਹੀਂ ਹੈਗੀ ਕਿ ਖਾਮਖਾ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਹੋਏਗਾ ਤਾਂ ਇਨਸਾਫ ਦੇ ਆਧਾਰ ਤੇ ਹੀ ਹੋਏਗਾ ਧੱਕੇ ਨਾਲ ਜਾਂ ਜਿੱਦਾਂ ਸਿਆਸਤ ਦੀ ਗੱਲ ਕਰ ਰਹੇ ਹੋ ਸਿਆਸਤ ਤੋਂ ਪ੍ਰੇਰਿਤ ਕਹਿੰਦੇ ਕੁਝ ਨਹੀਂ ਕਰਾਂਗੇ ਤੁਸੀਂ ਮੈਂ ਸਾਰੀ ਗੱਲ ਸੁਣ ਲਈ ਇਤਿਹਾਸ ਤੋਂ ਅਸੀਂ ਬੜਾ ਕੁਛ ਸਿੱਖਿਆ ਤੇ ਬੜਾ ਕੁਛ ਸਿੱਖ ਰਹੇ ਹਾਂ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੇ ਆਪਣੇ ਆਮ ਆਦਮੀ ਪਾਰਟੀ ਬਣਾ ਰਹੇ ਆ ਸਾਡੇ ਵੱਡੇ ਭਾਈ ਇਹਨਾਂ ਨੂੰ ਵੀ ਸਿੱਖਣਾ ਚਾਹੀਦਾ ਜੋ ਆਪਣੇ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਸਟੇਟਮੈਂਟ ਹੈ ਇਹਨਾਂ ਨੇ ਗੱਲ ਕਹੀ 25 ਸਾਲ ਵਾਲੀ ਤੁਹਾਡੇ ਗਗਨ ਅਨਮੋਲ ਗਗਨ ਮਾਨ ਨੇ 50 ਸਾਲ ਦੀ ਗੱਲ ਕਹੀ ਹੈ ਅਸੀਂ 50 ਸਾਲ ਰਾਜ ਕਰਾਂਗੇ ਦੂਜੀ ਗੱਲ ਇਹਨਾਂ ਨੇ ਹੰਕਾਰ ਕੀਤੀ ਹੰਕਾਰ ਤੁਹਾਡੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੈ ਵਿਧਾਨ ਸਭਾ ਦੇ ਵਿੱਚ ਮੁੱਖਾਂ ਨੇ ਦੇਖਿਆ ਉਹਨੇ ਕਿਹਾ ਮੈਂ ਸੁਖਪਾਲ ਖੇੜੇ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਕੌਣ ਨੇ ਇਹ ਕੌਣ ਨੇ ਇਹਨਾਂ ਲੋਕਾਂ ਨੂੰ ਮੈਂ ਜਵਾਬ ਨਹੀਂ ਦਿੰਦਾ 3 ਕਰੋੜ ਲੋਕਾਂ ਨੂੰ ਜਵਾਬ ਇਹ ਹੁੰਦਾ ਹੰਕਾਰ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਇਹਨਾਂ ਨੂੰ ਜਿਹੜਾ ਕਾਂਗਰਸ ਵਾਲਿਆਂ ਨੂੰ ਵੀ ਲੋਕਾਂ ਨੇ ਮਾਫ਼ ਕਰ ਦਿੱਤਾ ਕਾਂਗਰਸ ਨੂੰ ਮਾਫ਼ ਕੀਤਾ ਤੁਹਾਡੇ ਜਿਹੇ ਲੋਕਾਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਪੰਥ ਦੇ ਵਿਰੋਧੀ ਆ ਸਿੱਖਾਂ ਨੇ ਮਾਫ਼ ਨਹੀਂ ਕੀਤਾ ਪੰਜਾਬੀਆਂ ਨੇ ਮਾਫ਼ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਮਾਫ਼ ਨਹੀਂ ਕੀਤਾ ਕਿਸੇ ਪੰਥਕ ਬੰਦਿਆਂ ਨੂੰ ਮਾਫ਼ ਨਹੀਂ ਕੀਤਾ ਤੁਹਾਡੇ ਵਰਗੇ ਲੋਕਾਂ ਨੇ ਮਾਫ਼ ਕੀਤਾ ਅੱਜ ਜਿਹੜੀ ਤੁਸੀਂ ਇੱਥੇ ਨਿਊਜ਼ ਚੈਨਲ ਦੇ ਉੱਪਰ ਬੈਠ ਕੇ ਕਹਿੰਦੇ ਮਾਫ਼ ਕਰ ਦਿੱਤਾ ਤੁਸੀਂ ਕੌਣ ਹੁੰਦੇ ਹੋ ਇਹ ਗੱਲ ਕਹਿਣ ਵਾਲੇ ਕਿ ਲੋਕਾਂ ਨੇ ਮਾਫ਼ ਕਰ ਦਿੱਤਾ ਕਾਂਗਰਸ ਨੂੰ ਕਾਂਗਰਸ ਨੂੰ ਜਿਹੜੀ ਜਮਾਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਸਿੱਖਾਂ ਨੂੰ ਗਲਾਂ 'ਚ ਟੈਰ ਪਾ ਪਾ ਕੇ ਸਾਰੇ ਤੁਸੀਂ ਕਹੀ ਜਾਂਦੇ ਉਹਨਾਂ ਨੂੰ ਮਾਫ਼ ਕਰ ਦਿੱਤਾ ਹੱਦ ਕਰੀ ਜਾਂਦੇ ਹੋ ਮਾਫ਼ ਕਰੀ ਜਾਂਦੇ ਦੂਜੀ ਗੱਲ ਲਾਅ ਐਂਡ ਆਰਡਰ ਦਾ ਪੋਜੀਸ਼ਨ ਕੀ ਹੈ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਚਲਾਉਣ ਇਹ ਤੁਸੀਂ ਅਕਾਲੀ ਦਲ ਦੇ ਫਿਕਰ ਨਾ ਕਰੋ ਕਿ ਅਕਾਲੀ ਦਲ ਨੂੰ ਸਹੀ ਤਰੀਕੇ ਨਾਲ ਕਿਵੇਂ ਚਲਾਉਣਾ ਤੁਸੀਂ ਦੇਖੋ ਸਰਕਾਰ ਨੂੰ ਸਹੀ ਤਰੀਕੇ ਨਾਲ ਚਲਾਓ ਜਿਹਨਾਂ ਦੇ ਵਿੱਚੋਂ ਤੁਸੀਂ ਇੰਟਰਵਿਊ ਕਰਾ ਰਹੇ ਹੋ ਸਿੱਧੂ ਮੂਸੇਵਾਲੇ ਨੂੰ ਗੈਂਗਸਟਰ ਸਾਬਤ ਕਰਨ ਦੇ ਸਾਰੇ ਲੋਕ ਲੱਗਿਆ ਪਿਆ ਜਿਹੜੀਆਂ ਗਰੰਟੀਆਂ ਕਰਕੇ ਆਏ ਸੀ ਉਹ ਤੁਸੀਂ ਕੁਝ ਦੇ ਨਹੀਂ ਰਹੇ ਕਿਸੇ ਨੂੰ ਰਹੇ ਹਜ਼ਾਰ ਹਜ਼ਾਰ ਰੁਪਇਆ ਕਿਸੇ ਨੂੰ ਦੇ ਨਹੀਂ ਰਹੇ ਉਹ ਤੁਹਾਡੇ ਜਿਹੜੇ ਮੰਤਰੀ ਹੈ ਕੋਈ ਮੰਤਰੀਆਂ ਤੋਂ ਤੁਸੀਂ ਵਾਰ ਵਾਰ ਜਿਹੜਾ ਉਹਦੇ ਵਾਪਸ ਲਈ ਜਾ ਰਹੇ ਹੋ ਮਹਿਕਮੇ ਵਾਪਸ ਲਈ ਜਾ ਰਹੇ ਹੋ ਤੁਹਾਡਾ ਉਹਦੇ 'ਚ ਕਿਸੇ 'ਤੇ ਵਿਸ਼ਵਾਸ ਨਹੀਂ ਕਰਪਸ਼ਨ ਦੇ ਵਿੱਚ ਤੁਹਾਡੇ ਮੰਤਰੀ ਤੁਸੀਂ ਨਸੀਹਤਾਂ ਕਿਹਨੂੰ ਦਿੰਦੇ ਹੋ ਅਕਾਲੀ ਦਲ ਨੂੰ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲ ਕਰਦੇ ਹੋ 5 ਵਾਰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਤੁਸੀਂ 1 ਸਾਲ ਦੇ ਵਿੱਚ ਲੋਕਾਂ ਦੀ ਚੀਖ ਘਟਾ ਦਿੱਤੀ 3 ਮਹੀਨਿਆਂ ਦੇ ਵਿੱਚ ਤੁਹਾਨੂੰ ਸੰਗਰੂਰ ਵਾਲੀ ਜਿਮਨੀ ਚੋਣ ਦੇ ਵਿੱਚ ਲੋਕਾਂ ਨੇ ਦੱਸ ਦਿੱਤਾ ਕਿ ਗੱਲ ਆਪਾਂ ਮੁੱਦੇ ਤੇ ਰਹਿ ਕੇ ਮੁੱਦੇ ਤੇ ਗੱਲ ਕਰੀਏ ਮਟਾੜੂ ਸਾਹਿਬ ਜੀ 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 ਡਾਕਟਰ ਭੀਮਿੰਦਰ ਮੇਰੀ ਗੁਜ਼ਾਰਿਸ਼ ਹੈ ਕਿ ਮੁੱਦੇ ਤੋਂ ਜੇ ਆਪਾਂ ਇੱਧਰ ਉੱਧਰ ਜਾਵਾਂਗੇ ਤਾਂ ਲੰਮੀਆਂ ਤੰਦਾਂ ਛੱਡ ਜਾਣਗੀਆਂ ਮੈਂ ਚਾਹੁੰਦਾ ਕਿ ਮੁੱਦੇ ਤੇ ਹੀ ਫੋਕਸ ਰੱਖ ਕੇ ਗੱਲ ਕਰੀਏ ਕਿਉਂਕਿ ਵੱਡਾ ਮੁੱਦਾ ਹੈ ਭਾਵਕ ਮਾਮਲਾ ਹੈ ਮੈਂ ਇਹੀ ਕਹਿਣਾ ਕਿ ਮਠਾਰੂ ਸਾਹਿਬ ਨੂੰ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੀਦੀ ਸੀਗੀ ਅੱਜ ਸਾਰਾ ਮੇਰੇ ਕੋਲ ਪੰਜਾਬ ਜਾਣਦਾ ਹੈ ਕਿ ਜਿੰਨੀਆਂ ਗਰੰਟੀਆਂ ਕਹੀਆਂ ਸੀਗੀਆਂ ਤੁਸੀਂ ਦੇਖ ਲਓ ਚਾਹੇ ਉਹ ਬਿਜਲੀ ਮਾਫ਼ੀ ਦੀ ਗੱਲ ਹੋਵੇ
ਅੱਜ 90% ਪੰਜਾਬੀਆਂ ਨੂੰ ਜਿਹੜਾ ਹੈਗਾ ਬਿੱਲ ਮਾਫ ਹੋ ਰਹੇ ਨੇ। बकरी बहुत वड्डे मुद्दे है, मैं इस गल रिस्पेक्ट करता है, मामले मैं नहीं कहना कि छोटे मुद्दे है, पर आपां मुद्दे ते रह के गल करिए। मेरी बेनती है डॉक्टर भीमेंद्र, इस मुद्दे से जवाब दो, जो कह रहे हैं मठाड़ू साहब के सियासत तो प्रेरित होकर सारा कुछ किया जा रहा है, जो कुछ गुंदा गुंदियां जा रही हैं, इसके पिछे सियासत है। तो हैंकड़ की गल करते हो, कहते भगवंत मान नालों वड्डा कोई हैंकड़बाज हो नहीं सकता, इस संदर्भ च कहा गया। बाकी मुद्दे से आप फिर कदे लवेंगे गल जी डॉक्टर, देखो बाकी सारिया मान साहब कहते हैं कि बाकी सारिया गलों से सियासत हो सकती है, पर श्री गुरु ग्रंथ साहब के उत्ते सियासत ना आम आदमी पार्टी कर रही है, ना किसी नूं करनी भी नहीं चाहिए। मैं भी कहना कि अकाली दल जिहड़ा सियासत करता रहा है, और जिवें मठारू साहब का हुण मुकरी गए, मठारू साहब का कहिंदे कि इहदे विच श्री गुरु ग्रंथ साहब का कोई रोल ही कोई नहीं है, जदों कि सारा सारी गल ही श्री गुरु ग्रंथ साहब दे बेअदबी तों शुरू होई सी, सारी दुनिया जानदी है, सारी दुनिया जानदी है कि गल जिहड़ी एक्चुअली शुरू होई है ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸ਼ੁਰੂ ਹੋਈ ਹੈ। ਸੋ ਗੱਲ ਵਧਦੀ ਵਧਦੀ ਜਦੋਂ ਮਤਲਬ ਗੋਲੀਆਂ ਤੱਕ ਪਹੁੰਚੀ ਹੈ, ਨੌਜਵਾਨ ਨੇ ਉਹ ਸ਼ਹੀਦ ਹੋਏ ਨੇ ਉੱਥੇ, ਤਾਂ ਸਾਰਾ ਉੱਥੋਂ ਗੱਲਾਂ ਜਿਹੜੀਆਂ ਵਿਗੜਨੀਆਂ ਸ਼ੁਰੂ ਹੋ ਗਈਆਂ। ਸਿਆਸਤ ਨਹੀਂ ਤਾਂ ਮਠਾੜੂ ਸਾਹਿਬ, ਮਠਾੜੂ ਸਾਹਿਬ ਕੀ ਕਹੋਗੇ ਇਸ ਮੁੱਦੇ ਤੇ, ਉਹ ਕਹਿੰਦੇ ਕਿਵੇਂ ਜੋੜ ਦੇ, ਮਠਾੜੂ ਸਾਹਿਬ ਦੇ ਕਮੈਂਟ ਲੈ ਲਈਏ ਆਪਾਂ, ਮਠਾੜੂ ਸਾਹਿਬ ਦੇ ਕਮੈਂਟ। ਮੈਂ ਇੱਕ ਗੱਲ ਕਹਿਣੀ, ਮੈਂ ਸ਼ੁਰੂ ਤੋਂ ਕਲੀਅਰ ਕਰਤਾ, ਜਿਨ੍ਹਾਂ ਨੂੰ ਇਹਨਾਂ ਕੇਸਾਂ ਦਾ ਉਡਾਰਾ ਨਹੀਂ ਪਤਾ ਉਹ ਲੋਕ ਡਿਬੇਟਾਂ ਦੇ ਵਿੱਚ ਬਹਿੰਦੇ ਆ। ਇਹ ਕਹਿੰਦੇ ਸ਼ੁਰੂ ਬਾਈਬਲ ਕਲਾ ਗੋਲੀ ਚੱਲੀ ਉੱਥੋਂ ਸ਼ੁਰੂ ਹੋਇਆ, ਉਹ ਭਾਈ ਸਾਹਿਬ ਬਾਈਬਲ ਕਲਾ ਦੀ ਐਫ ਆਈ ਆਰ ਲੱਗ ਹੈ, ਕੋਟਕਪੂਰੇ ਦੀ ਲੱਗ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਐਫ ਆਈ ਆਰ ਵੱਖਰੀ ਹੋ ਸਕਦੀ ਹੈ, ਪਰ ਉਹਦੀਆਂ ਜੜਾਂ ਉੱਥੇ ਪਈਆਂ ਨੇ ਬਠਾਨੂ ਸਾਹਿਬ, ਜੜਾਂ ਉਹ ਸਾਰੇ ਕਾਂਡ ਦੀਆਂ ਜੜਾਂ ਜਿਹੜੀਆਂ ਨੇ ਉਹ ਉੱਥੇ ਕੱਟ ਕੱਢ ਲਈ ਹੋਇਆ, ਸਜ਼ਾਵਾਂ ਸੀਗੀਆਂ ਉਹ ਦਵਾਉਣ ਲਈ ਇਕੱਠੀ ਹੋਈ ਸੀ। ਸੋ ਤੁਸੀਂ ਉਦੋਂ ਸਜ਼ਾਵਾਂ ਤਾਂ ਦਵਾਈਆਂ ਨਹੀਂ ਹੈਗੀਆਂ, ਸਗੋਂ ਉੱਤੋਂ ਗੋਲੀਆਂ ਚਲਵਾ ਦਿੱਤੀਆਂ, ਸਾਡੇ ਸਾਡੇ ਨੌਜਵਾਨ ਸ਼ਹੀਦ ਹੋ ਗਏ ਉੱਥੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਹੁਣ ਤੁਸੀਂ ਇਹਦੇ ਉੱਤੇ ਸਿਆਸਤ ਨਾ ਕਰੋ, ਤੁਹਾਨੂੰ ਇਹੀ ਚਾਹੀਦਾ ਸੀਗਾ ਕਿ ਜੋ ਚਲਾਨ ਪੇਸ਼ ਹੋਏ ਨੇ ਜਾਂ ਹੋਣਗੇ ਜਾਂ ਅਦਾਲਤ ਦਾ ਜੋ ਫੈਸਲਾ ਹੋਏਗਾ ਤੁਹਾਨੂੰ ਉਹ ਮੰਨ ਲੈਣਾ ਚਾਹੀਦਾ ਸੀਗਾ, ਤੁਹਾਨੂੰ ਇਹ ਅਰਜ਼ੀਆਂ ਨਹੀਂ ਸੀ ਲਾਉਣੀਆਂ ਚਾਹੀਦੀਆਂ। ਮਠਾਰੂ ਸਾਹਿਬ ਜਵਾਬ ਤਾਂ ਲੈ ਲਓ, ਤੁਸੀਂ ਜਵਾਬ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਕੇਸ ਤੇ ਜਿਹੜੇ ਚ ਸਜ਼ਾ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੁਆਰਾ ਬਣਾਈ ਗਈ ਸਿੱਟ ਦੇ ਉਸ ਕੇ ਚਲਾਣ ਦੇ ਵਿੱਚ ਹੋਈ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ, ਪਰ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਅੱਜ ਤੱਕ ਜਿੰਨੀਆਂ ਸਿੱਟਾਂ ਬਣਾ ਕੇ ਚਲਾਣ ਪੇਸ਼ ਕੀਤੇ ਕਿਸੇ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ, ਇੱਕੋ ਕੇਸ ਦੇ ਵਿੱਚ ਸਜ਼ਾ ਹੋਈ ਹੈ ਉਹਦਾ ਚਲਾਣ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਕੇਸ ਤੇ ਚਲਾਣ ਪੇਸ਼ ਹੋਇਆ ਉਹਦੀ ਸਜ਼ਾ ਹੋਈ ਹੈ। ਜੀ ਕਹਿਣਾ ਚਾਹੁੰਦੇ ਇਸ ਮੁੱਦੇ ਤੇ, ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੇ ਸਾਰੇ ਕੇਸ ਉਸੇ ਵੇਲੇ ਕਹਿੰਦੇ ਸੀਬੀਆਈ ਨੂੰ ਨਾ ਜਾਂਦੇ, ਸਾਰੇ ਕੇਸਾਂ 'ਚ ਹੁਣ ਤੱਕ ਸਜ਼ਾਵਾਂ ਹੁੰਦੀਆਂ ਹੁੰਦੀਆਂ, ਉਹ ਸਿਆਸਤ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ, ਤੁਹਾਨੂੰ ਪਤਾ ਵੀ ਮੁੱਦਾ ਸੁਣਦਾ ਜਦੋਂ ਪਹਿਲੇ ਚੂਹੇ ਨੇ ਫਸੀ ਦੀ ਗੰਟੀ ਆ ਗਈ ਤੇ ਖੇਡ ਲੱਗੇ, ਤੁਹਾਨੂੰ ਇਹ ਸਿਆਸਤ ਕਰਨ ਵਾਸਤੇ ਮੁੱਦਾ ਮਿਲਿਆ। ਅਮਰਿੰਦਰ ਜੀ ਵੀ ਕਾਫੀ ਦੇਰ ਦੇ ਬਰਾਗੀ ਸਾਹਿਬ, ਮੈਂ ਆਉਣਾ ਤੁਹਾਡੇ ਵੱਲ। ਅਮਰਿੰਦਰ ਜੀ, ਖਾਸ ਤੌਰ ਤੇ ਮਠਾੜੂ ਸਾਹਿਬ ਦਾ ਕਹਿਣਾ ਕਿ ਉਹ ਪਾਰਟੀਆਂ ਸਿਆਸਤ ਕਰ ਰਹੀਆਂ ਜਿਹੜੀਆਂ ਆਪ ਦੂਜੀਆਂ ਪਾਰਟੀਆਂ ਨਾਲ ਹੱਥ ਮਿਲਾ ਰਹੇ, ਅਕਾਲੀ ਦਲ ਦਾ ਇੰਨਾ ਹੀ ਜ਼ਿਆਦਾ ਚਿੰਤਾ ਹੈਗੀ ਹੈ, ਤੋ ਕਹਿੰਦੇ ਫਿਰ ਅਕਾਲੀ ਦਲ ਦੇ ਵਿੱਚ ਰਹਿ ਕੇ ਕਰੋ ਸੁਧਾਰ, ਨਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਿਉਂ ਗੱਲਾਂ ਕੀਤੀਆਂ ਜਾਂਦੀਆਂ। ਸਿੱਧੂ ਸਾਹਿਬ, ਬਿਲਕੁਲ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਮਠਾਰੂ ਸਾਹਿਬ ਤਾਂ ਸਰਟੀਫਿਕੇਟ ਵੰਡ ਰਹੇ ਹੈ ਕਿ ਕੌਣ ਅਕਾਲੀ ਹੈ ਕੌਣ ਅਕਾਲੀ ਨਹੀਂ ਹੈ। ਸੋ ਇਹ ਜਿਹੜੀ ਮਤਲਬ ਇੱਕ ਇਹਨਾਂ ਦਾ ਐਟੀਚਿਊਡ ਹੈ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਜਾਂ ਇਹਨਾਂ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਕਿ ਉਹ ਕਹਿੰਦੇ ਆ ਵੀ ਜਿਹੜਾ ਹੁਣ ਸਾਡੇ ਛਤਰੀ ਥੱਲੇ ਆਉਂਦਾ ਉਸੇ ਨੂੰ ਅਸੀਂ ਅਕਾਲੀ ਗਿਣਦੇ ਹਾਂ, ਬਾਕੀ ਨੂੰ ਅਸੀਂ ਅਕਾਲੀ ਗਿਣਦੇ ਹੀ ਨਹੀਂ। ਸੋ ਅਕਾਲੀ ਕੋਈ ਬੰਦਾ ਇਹ ਨਹੀਂ ਵੀ ਜਿਹਨੂੰ ਬਾਦਲ ਸਟੈਂਪ ਲਾਊ ਉਹੀ ਅਕਾਲੀ ਬਣੂ, ਅਸੀਂ ਅਕਾਲੀ ਜੰਮੇ ਹਾਂ, ਅਕਾਲੀ ਉਹ ਮਰਨਾ ਹੈ, ਭਾਵੇਂ ਅਸੀਂ ਬਾਦਲਾਂ ਦੇ ਅਗੇਂਸਟ ਹੈ ਔਰ ਉਨੀ ਦੇਰ ਤੱਕ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਹਾਂ ਜਿੰਨੀ ਦੇਰ ਤੱਕ ਬਾਦਲਾਂ ਦੀ ਸਰਪ੍ਰਸਤੀ ਹੈ। ਕਿਉਂਕਿ ਜਦੋਂ ਇੱਕ ਤਾਂ ਐਪੀਸੋਡ ਇਹਦੇ ਵਿੱਚ ਹੈਗਾ ਬੇਅਦਬੀ ਕਰਵਾਉਣ ਦਾ, ਇੱਕ ਹੈਗਾ ਜਦੋਂ ਬੇਅਦਬੀ ਦੇ ਸਬੂਤ ਮਿਲ ਗਏ ਉਹ ਸਬੂਤਾਂ ਨੂੰ ਵੀ ਨਸ਼ਟ ਕੀਤਾ ਗਿਆ। ਹੁਣ ਤਾਂ ਪੁਲਿਸ ਦੇ ਇੰਸਪੈਕਟਰ
ਆ ਕੇ ਬੋਲਣ ਲੱਗ ਗਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਖੰਡਿਤ ਜਿਹੜੀ ਬੀਡ ਸੀ ਜਿਹਨੂੰ ਦੋ ਫਾੜ ਕਰ ਦਿੱਤੇ ਗਏ ਸੀ ਅਤੇ ਇੱਕ ਗੰਦੇ ਨਾਲੇ ਦੇ ਵਿੱਚ ਰੱਖੀਆਂ ਹੋਈਆਂ ਸੀ ਉਹ ਬਰਾਮਦ ਕੀਤੀਆਂ। ਬਰਾਮਦ ਕਰਕੇ ਉਸ ਤੋਂ ਬਾਅਦ ਫਿਰ ਇੱਕ ਕੋਈ ਬਾਬਾ ਹੈਗਾ ਮੋਗੇ ਦੇ ਵਿੱਚ ਉਹਦੇ ਕੋਲ ਜਾ ਕੇ ਅਪਰੋਚ ਕੀਤੀ ਕਿ ਸਾਨੂੰ ਕਮਰਾ ਦੇ ਦਿਉ, ਅਸੀਂ ਉਸ ਜਿਹੜੇ ਖੰਡਿਤ ਬੀਡ ਹੈਗੀ ਉੱਥੇ ਰੱਖਣੀ ਆ। ਉਹਨੇ ਵੀ ਮਨਾ ਕਰਤਾ। ਇਹ ਚੀਜ਼ਾਂ ਸਾਰੀਆਂ ਪਬਲਿਕ ਡੋਮੇਨ 'ਚ ਆ ਗਈਆਂ ਅਤੇ ਫਿਰ ਹੁਣ ਇਹ ਪਤਾ ਲੱਗਿਆ ਕਿ ਬਈ ਵੱਡੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਇੱਥੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਕਿ ਇਹ ਬੀੜਾਂ ਨੂੰ ਹੀ ਅਗਨ ਭੇਟ ਕਰ ਦਿਉ। ਸੋ ਇਹ ਚੀਜ਼ਾਂ ਜਦੋਂ ਅਖੌਤੀ ਅਕਾਲੀ ਜਿਹੜੀ ਸਰਕਾਰ ਹੈ ਉਹ ਕਰਨ ਲੱਗ ਜੇ ਅਤੇ ਕਹੇ ਅਸੀਂ ਅਕਾਲੀ ਹੈਗੇ ਹਾਂ ਬਾਕੀ ਅਕਾਲੀ ਨਹੀਂ ਹੈ, ਅਤੇ ਉਹਦੇ ਲਈ ਤਾਂ ਮੈਂ ਡਿਬੇਟ ਕਰਨਾ ਹੀ ਨਹੀਂ ਚਾਹੁੰਦਾ। ਮੈਂ ਤਾਂ ਹੱਥ ਜੋੜ ਕੇ ਮਨਾਰੂ ਸਾਹਿਬ ਦੇ ਅੱਗੇ ਹੱਥ ਹੀ ਜੋੜ ਰਿਹਾ ਕਿ ਮਹਾਰਾਜ ਤੁਹਾਨੂੰ ਸਮੱਤ ਬਖਸ਼ੇ ਅਤੇ ਤੁਸੀਂ ਤੁਹਾਨੂੰ ਸਮੱਤ ਆਵੇ ਅਤੇ ਆਪਣੇ ਤੁਸੀਂ ਵਾਪਸ ਆਪਣੇ ਮਤਲਬ ਰਸਤੇ 'ਤੇ ਆਓ। ਇਹੀ ਕਹਿ ਸਕਦਾ ਮੈਂ ਤੁਹਾਡੇ ਪ੍ਰਧਾਨ ਜੀ ਲਈ ਅਤੇ ਤੁਹਾਡੇ ਸਰਪ੍ਰਸਤ ਲਈ। ਇਸ ਤੋਂ ਇਲਾਵਾ ਮੈਂ ਕੁਛ ਕਹਿ ਹੀ ਨਹੀਂ ਸਕਦਾ। ਬਸ ਮੇਰੇ ਕੋਲ ਕੋਈ ਅੱਖਰ ਹੀ ਨਹੀਂ ਰਹੇ। ਮਨਾਰੂ ਸਾਹਿਬ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਖੁਜਲਕਤਾ ਲੋਕ ਇਹ ਗੱਲਾਂ ਕਰਦੇ ਆ ਕਿ ਅਕਾਲੀ ਮੈਨੂੰ ਸਮਝਦਾ ਇਸ ਗੱਲ ਦੀ ਸਰਦਾਰ ਅਮਰਿੰਦਰ ਸਿੰਘ ਸਾਡੇ ਬੜੇ ਸਤਿਕਾਰ ਦਿੱਤਾ ਤੇ ਇਹਨਾਂ ਨੂੰ ਜਿਹੜੀਆਂ ਗੱਲਾਂ ਦਾ ਪਤਾ ਹੈ। ਜਿਹੜੀ ਸਿੱਟ ਬਣੀ ਸੀ ਐਲ ਕੇ ਯਾਦਵ ਦੀ ਸਿੱਟ ਬਣੀ ਸੀ ਉਹਨਾਂ ਨੇ ਇੱਕ ਪਬਲੀਕੇਸ਼ਨ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਬਾਰੇ, ਮਗਲ ਕਲਾਂ ਗੋਲੀਕਾਂਡ ਬਾਰੇ ਜਾਂ ਗੋਰਖਪੁਰਾ ਗੋਲੀਕਾਂਡ ਬਾਰੇ ਅਗਰ ਕਿਸੇ ਕੋਲ ਕੋਈ ਐਵੀਡੈਂਸ ਹੈ, ਕਿਸੇ ਕੋਲ ਕੋਈ ਸਬੂਤ ਹੈ, ਉਹ ਆ ਕੇ ਸਿੱਟ ਕੋਲ ਆ ਕੇ ਆਪਣੀ ਬਿਆਨ ਦਰਜ ਕਰਵਾ ਸਕਦਾ। ਜੇ ਸਰਦਾਰ ਅਮਰਿੰਦਰ ਸਿੰਘ ਜੀ ਨੂੰ ਇੰਨੀ ਨੌਲੇਜ ਹੈ, ਇੰਨਾ ਇਹਨਾਂ ਨੂੰ ਪਤਾ ਵੀ ਆ ਕੀ ਹੋਇਆ, ਇਹਨਾਂ ਨੇ ਜਾ ਕੇ ਉੱਥੇ ਬਿਆਨ ਕਿਉਂ ਨੀ ਦਰਜ ਕਰਵਾਏ, ਜਾਂ ਜਿੰਨਾਂ ਲੋਕਾਂ ਨੇ ਜਿਹੜੇ ਕਹਿੰਦੇ ਇੰਸਪੈਕਟਰ ਬਣੇ ਲੱਗ ਗਏ, ਇਹੀ ਤਾਂ ਕਹਿਣਾ ਪੀਆਰਪੀ ਐਕਸਰਸਾਈਜ਼ ਕਰਨਗੇ, ਨਿਊਜ਼ ਚੈਨਲਾਂ ਦੇ ਉੱਪਰ ਭਾਸ਼ਣ ਦਿੰਦੇ ਨੇ, ਨਿਊਜ਼ ਚੈਨਲਾਂ ਦੇ ਉੱਪਰ ਬੋਲਦੇ ਤੇ ਤੁਸੀਂ ਅਸੀਂ ਤੇ ਖੁਦ ਕਹਿੰਦੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਦੀ ਬੇਅਦਬੀਆਂ ਦੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲ ਉਸ ਦਿਨ ਦੇ ਕਹਿ ਰਹੇ ਹਾਂ। ਪਰ ਤੁਸੀਂ ਇਹ ਪੋਲਿਟਿਕਸ ਨਹੀਂ ਤਾਂ ਹੋਰ ਕੀ ਹੈ, ਤੁਸੀਂ ਇੱਥੇ ਨਿਊਜ਼ ਚੈਨਲਾਂ ਦੇ ਉੱਪਰ ਆ ਕੇ ਬਹਿ ਕੇ ਪ੍ਰਚਾਰ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ, ਇਹ ਕਰਤਾ ਉਹ ਕਰਤਾ, ਫਿਰ ਤੁਸੀਂ ਉੱਥੇ ਜਾ ਕੇ ਗਾਹ ਕਿਉਂ ਨੀ ਬਣਦੇ? ਕਿਤਨੇ ਸ਼ਰੇਆਮ ਨਿਊਜ਼ ਪੇਪਰ ਦੇ ਵਿੱਚ ਕਹਿੰਦੇ ਬਰਾਮਦ ਕੀਤਾ ਸੀ ਉਹ ਬੋਲ ਰਿਹਾ ਤੇ ਮੈਂ ਤਾਂ ਬੋਲਾਂਗਾ ਹੀ। ਜਦੋਂ ਉਹ ਬੰਦਾ ਬੋਲ ਰਿਹਾ ਸਾਨੂੰ ਹੀ ਦੱਸ ਰਿਹਾ ਨਾ ਉਹ ਕਿ ਮੈਂ ਬਰਾਮਦ ਕੀਤੀ ਪੇਟ ਬਈ ਇਹਨਾਂ ਨੇ ਉਹਨੂੰ ਡਿਸਟਰੋਏ ਕਰਾਇਆ ਤੇ ਹੋਰ ਅਸੀਂ ਵੀ ਨਾ ਅਸੀਂ ਚੁੱਪ ਹੀ ਕਰਦੇ ਇੰਨਾ ਵੀ ਨਾ ਅਸੀਂ ਕਹੀਏ ਕਿ ਪੁਲਿਸ ਵਾਲੇ ਬੋਲ ਰਹੇ ਆ ਤੇ ਤੁਸੀਂ ਦੋਸ਼ੀ ਹੋ, ਤੁਸੀਂ ਉਸ ਨੂੰ ਡਿਸਟਰੋਏ ਕਰਾਇਆ ਤੇ ਤੁਸੀਂ ਆਪਣੀਆਂ ਸਫਾਈਆਂ ਦੇਣੀਆਂ ਦੇਈ ਜਾਓ। ਪਬਲਿਕ ਨੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਪਬਲਿਕ ਕੀ ਸੋਚਦੀ ਹੈ। ਪਬਲਿਕ ਉਹ ਕਹਿੰਦਾ, ਉਹ ਇੰਸਪੈਕਟਰ ਕਹਿੰਦਾ ਪੁਲਿਸ ਰਿਕਾਰਡ ਹੈ, ਪੁਲਿਸ ਰਿਕਾਰਡ ਦੇ ਵਿੱਚ ਬਰਾਮਦੀਆਂ ਹੈਗੀਆਂ। ਉਹ ਇੰਸਪੈਕਟਰ ਇਹ ਕਹਿ ਰਿਹਾ ਕਿ ਮੈਂ ਬਰਾਮਦੀਆਂ ਕੋਈ ਮੂੰਹਜਵਾਨੀ ਨਹੀਂ ਕੀਤੀ ਹੋਈ, ਬਰਾਮਦ ਰਿਕਾਰਡ ਕੀਤੀ ਹੈ, ਕੇਸ ਡਾਇਰੀ ਵਿੱਚ ਰਿਕਾਰਡ ਹੈਗਾ। ਸਿੱਟ ਨੇ ਜਦੋਂ ਪ੍ਰੂਫ ਮੰਗਿਆ ਬਿਆਸ ਕਿਹਦੇ ਕੋਲ ਸਬੂਤ ਵੀ ਹੋਣਾ ਉਹ ਪਤਾ ਕੀ ਹੈ, ਇਹ ਪੀਆਰਪੀ ਐਕਸਰਸਾਈਜ਼ ਹੈ। ਹਰੇਕ ਬੰਦਾ ਵੀ ਬਾਦਲਾਂ ਨੂੰ ਆ ਕੇ ਡੁੱਬ ਦੋ ਤੇ ਲੋਕ ਸੁਣਦੇ ਆ, ਲੋਕਾਂ ਨੂੰ ਪਾਣੀਆਂ ਪਾਣੀਆਂ ਆਪਣੀ ਵੀ ਪੂਰੀ ਹੋ ਜਾਣੀ ਹੈ। ਤੁਸੀਂ ਉੱਥੇ ਬਿਆਨ ਦਰਜ ਕਰਵਾਓ, ਬਿਆਨ ਦਰਜ ਕਰਵਾਓ, ਬਾਦਲਾਂ ਨੂੰ ਸਜ਼ਾ ਦਵਾ ਦਿਓ ਨਾ। ਬਿਆਨ ਕਰਾਤੇ ਆਉਣੇ ਮੇਰੇ ਹਿਸਾਬ ਨਾਲ ਉਹਨੇ ਬਿਆਨ ਕਰਾਤੇ। ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ ਕਾਫੀ ਦੇਰ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ। ਬਰਾਗੀ ਜੀ ਕਾਫੀ ਦੇਰ ਦਿਨ ਸੇ ਅਗਰ ਬਰਾਗੀ ਜੀ ਇਸ ਮਾਮਲੇ ਤੇ ਗੱਲ ਕਰ ਰਹੇ ਹੈ, ਲੀਗਲ ਐਂਗਲ ਤੋਂ ਤੁਸੀਂ ਕਿਵੇਂ ਦੇਖਦੇ ਹੋ? ਠਾੜੂ ਸਾਹਿਬ ਦਾ ਆਪਣਾ ਨਜ਼ਰੀਆ, ਅਮਰਿੰਦਰ ਜੀ ਦਾ ਆਪਣਾ, ਔਰ ਆਪ ਵਾਲੇ ਆਪਣੇ ਤਰੀਕੇ ਨਾਲ ਗੱਲ ਕਰ ਰਹੇ। ਜੇ ਵਸੀਰ ਸਾਹਿਬ ਤੁਸੀਂ ਪਿਓਰਲੀ ਲੀਗਲ ਐਂਗਲ ਤੋਂ ਹੀ ਪੁੱਛਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਕਾਫੀ ਚੀਜ਼ਾਂ ਦਾ ਜਿਹੜੀਆਂ ਮਠਾਰੂ ਸਾਹਿਬ ਨੇ ਵੀ ਉਠਾਈਆਂ ਉਹਨਾਂ ਦਾ ਜਵਾਬ ਆਜੂ। ਜਿਹੜੀ ਇਹਨਾਂ ਨੂੰ ਫਰੇਮ ਕੀਤਾ ਗਿਆ ਜੀ, ਮਠਾਰੂ ਸਾਹਿਬ ਪੜ੍ਹ ਲਿਓ ਤੁਸੀਂ, ਹਜੇ ਆਰਡਰ ਪੜ੍ਹਿਆ ਨਹੀਂ ਗਾ। ਆਈ ਵਿਟਨੈਸ ਅਕਾਊਂਟ 'ਤੇ ਸੀ ਸੀ ਟੀ ਵੀ ਦੀ ਫੁਟੇਜ 'ਤੇ ਐਂਡ ਕਮਿਊਨੀਕੇਸ਼ਨ ਅਮੰਗ ਸਟੇਟ ਐਂਡ ਮਸ਼ੀਨਰੀ ਅਪਾਰਟ ਫਰੋਮ ਸੈਂਸਟੀਫਿਕ ਇਨਵੈਸਟੀਗੇਸ਼ਨ। ਉੱਥੇ ਆਈ ਵਿਟਨੈਸ ਸੀਗੇ, ਸੀ ਸੀ ਟੀ ਵੀ ਦੀ ਫੁਟੇਜ ਵੀ ਲਈਆਂ ਵੀ ਉਹ ਪਾਠ ਕਰ ਰਹੇ ਸੀਗੇ, ਨਾਮ ਜਪ ਰਹੇ ਸੀਗੇ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਟੇਟ 'ਤੇ ਮਸ਼ੀਨਰੀ ਦਾ ਕਮਿਊਨੀਕੇਸ਼ਨ ਉਸ ਚੀਜ਼ ਨੂੰ ਲੈ ਕੇ ਜਿਨ੍ਹਾਂ ਦੀ ਪੈਰਵਾਈ ਅੱਜ ਤੁਸੀਂ ਕਰਨ ਲਈ ਟੀ ਵੀ 'ਤੇ ਬੈਠੇ ਹੋ ਉਹਨਾਂ ਨੂੰ ਫਰੇਮ ਕੀਤਾ ਜਾ ਰਿਹਾ। ਜਿੱਥੇ ਤੁਸੀਂ ਸ਼ਾਇਦ ਸਵਾਲ ਉਠਾ ਰਹੇ ਹੋ ਵੀ ਉਹ ਡਿਬੇਟਾਂ 'ਤੇ ਆ ਜਾਂਦੇ ਆ ਜਿਨ੍ਹਾਂ ਨੂੰ ਕੁਛ ਪਤਾ ਹੀ ਨਹੀਂ, ਤਾਂ ਤੁਸੀਂ ਮੈਂ ਰੁਕ ਜਾਣਾ, ਤੁਸੀਂ ਮੈਨੂੰ ਦੱਸ ਦਿਓ ਬਾਦਲ ਸਾਹਿਬ ਕਿਹੜੇ ਸੁਣ ਤਾਂ ਉਹ ਸਵਾਲ ਤਾਂ ਪੁੱਛਣਿਆ ਨਹੀਂ ਗਾ, ਦੱਸ ਤੁਸੀਂ ਕੀ ਦਓਗੇ? ਇਹੀ ਨੁਕਸਾ ਅਕਾਲੀ ਦਲ ਚ, ਇਹੀ ਸੁਣ ਤਾਂ ਬੋਲੋ ਸਰ, ਫਿਰ ਤੁਸੀਂ ਬੋਲੋ, ਦੱਸ ਦੋ ਕੀ ਦੱਸਣਾ ਆਪਾਂ। ਜਵਾਬ ਲੈ ਲਈਏ ਮਠਾੜੂ ਸਾਹਿਬ, ਸਵਾਲ ਤਾਂ ਲੈ ਲਓ, ਜਵਾਬ ਤਾਂ ਫੇਰ ਹੀ ਲਓਗੇ ਜੀ। ਉਹ ਬਾਲੇ ਕਾਲੇ ਨੇ ਜੇ ਬਾਲੀ ਉਹ ਹੈਗਾ ਤਾਂ ਤੁਸੀਂ ਆਪਣੀ ਗੱਲ, ਮੈਨੂੰ ਤਾਂ ਲੱਗਦਾ ਅੱਜ ਹੀ ਉਹ ਉਹਨਾਂ ਨੂੰ ਬਰੀ ਕਰ ਦੇਣਗੇ ਜਿਹੜੇ ਹਿਸਾਬ ਨਾਲ ਮਠਾੜੂ ਸਾਹਿਬ ਚੱਲ ਰਿਹਾ। ਮਠਾੜੂ ਸਾਹਿਬ ਆਪਾਂ ਥੋੜਾ ਜਿਹਾ ਰਹਿ ਕੇ ਨਾ ਠਰਮੇ ਦੇ ਵਿੱਚ ਰਹਿ ਕੇ ਡਿਬੇਟ ਕਰੀਏ। ਬੋਲੋ ਸਰ, ਮੈਂ ਸੁਣਿਆ ਨਹੀਂ ਤੁਹਾਡਾ, ਬੋਲੋ, ਮੇਰੀ ਆਵਾਜ਼ ਵੀ ਵਿੱਚ ਆ ਰਹੀ ਸੀ, ਕੀ ਕਹਿ ਰਹੇ ਹੋ ਤੁਸੀਂ? ਮਹਾਰਾਜ ਜੇ ਮੈਂ ਉਹਨਾਂ ਨੂੰ ਅੱਜ ਹੀ ਬਰੀ ਕਰਾਉਣ ਵਾਸਤੇ ਬੈਠਾ, ਮੈਨੂੰ ਲੱਗਦਾ ਤੁਸੀਂ ਵੀ ਅੱਜ ਉਮਰ ਕੈਦ ਕਰਾਉਣਾ। ਸਰ ਨਹੀਂ, ਮੈਂ ਤਾਂ ਫੈਕਟ ਤੇ ਗੱਲ ਕਰ ਰਿਹਾ ਬਈ, ਜਿਹੜਾ ਕੁਛ ਰਾਜਨੀਤੀ ਹੋਣੀ ਸੀ ਹੋ ਗਈ ਆ,
ਜਿਹੜਾ ਕੁਛ ਹੋਣਾ ਸੀ ਹੋ ਗਿਆ। ਆਪਾਂ ਜਿਹੜੀ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਆ ਉਸ ਤੇ ਗੱਲ ਕਰੀਏ। ਮਠਾੜੂ ਸਾਹਿਬ ਉਹ ਹੈਗੀ ਏ, ਮੈਂ ਤੁਹਾਨੂੰ ਪੁੱਛਣਾ ਇਹ ਚਾਹੁੰਦਾ ਸੀ, ਤੁਸੀਂ ਦੱਸ ਸਕਦੇ ਹੋ ਵੀ ਬਾਦਲ ਸਾਹਿਬ ਕਿਹੜੇ ਕਿਹੜੇ ਸਾਲ 'ਚ ਮੁੱਖ ਮੰਤਰੀ ਰਹੇ ਆ? ਤੁਸੀਂ ਕਹਿੰਦੇ ਆ ਸਾਨੂੰ ਕੁਛ ਪਤਾ ਹੀ ਨਹੀਂ। ਅਤੇ ਦੂਜਾ ਮੇਰਾ ਸਵਾਲ ਇਹ ਆ, ਜਦੋਂ ਆਪਾਂ ਇਹ ਕਲੇਮ ਕਰਦੇ ਹਾਂ ਪਬਲਿਕ ਡੋਮੇਨ ਦੇ ਵਿੱਚ ਵੀ ਹਿੰਦੁਸਤਾਨ ਤੋਂ ਵੱਧ ਜੇਲ੍ਹ ਅਸੀਂ ਕੱਟੀ ਆ, ਹੋਰ ਕਿਸੇ ਨੇ ਕੱਟੀ ਨਹੀਂ, ਤਾਂ ਇੰਨੀ ਤੜਫੜੀ ਕਾਹਦੀ ਸੀ? ਅਕਸਰ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਅਰਦਾਸ ਕੀਤੀ ਸੀਗੀ ਬਈ ਜੇ ਅਸੀਂ ਗਲਤੀਆਂ ਤਾਂ ਸਾਨੂੰ ਸਜ਼ਾ ਮਿਲੇ, ਅਤੇ ਮੈਂ ਕਹਿੰਦਾ ਪ੍ਰਸ਼ਾਦ ਦੇ ਰੂਪ ਵਿੱਚ ਹੀ ਸਵੀਕਾਰ ਕਰ ਲੈਣੀ ਚਾਹੀਦੀ ਸੀ। ਇੰਨਾ ਘਬਰਾਓ ਨਾ ਤੁਸੀਂ ਰਾਜਨੀਤਿਕ ਜੀਵਨ 'ਚੋਂ, ਪਬਲਿਕ ਜੀਵਨ 'ਚੋਂ, ਇੱਕ ਪੋਲੀਟੀਕਲ ਪਾਰਟੀ ਹੋ ਜਿਹਦਾ ਸਰਮੌਰ ਇਤਿਹਾਸ ਆ, ਐਡਾ ਛੇਤੀ ਨਾਲ ਅਤੇ ਤਲਫਲੀ ਨਾਲ ਨਹੀਂ ਕੰਮ ਹੁੰਦੇ ਹਜੇ ਵੀ ਮੈਨੂੰ ਲੱਗਦਾ ਤੁਹਾਨੂੰ ਜੇ ਤੁਹਾਡੀ ਕੋਈ ਸੁਣਦਾ ਤਾਂ ਜਿਹੜੇ ਉੱਪਰ ਹੈਗੇ ਆ ਉਹਨਾਂ ਨੂੰ ਦੱਸੋ ਬਈ ਇਹ ਲੀਗਲ ਮੈਟਰ ਨੂੰ ਥੋੜ੍ਹਾ ਜਿਹਾ ਪੋਲੀਟੀਕਲੀ ਵੀ ਜੇ ਸਮਝਦੇ ਹੋ ਤਾਂ ਥੋੜ੍ਹਾ ਠਰਮੇ ਨਾਲ ਹੈਂਡਲ ਕਰੋ। ਜੀ ਮਠਾੜੂ ਸਾਹਿਬ, ਹੁਣ ਮੈਂ ਜਵਾਬ ਦੇ ਦੇਣਾ ਤੁਹਾਡੀ ਗੱਲ ਦਾ, ਮੈਂ ਜਵਾਬ ਦੇ ਦੇਣਾ ਜਿਹੜੀ ਗੱਲ ਤੁਸੀਂ ਕਹੀ, ਆਪਣਾ ਤੁਸੀਂ ਗੱਲ ਕਹੀ ਨਾ ਕਿ ਉਹਦੇ 'ਚ ਇਹ ਲਿਖਿਆ ਆਰਡਰਾਂ ਦੇ ਵਿੱਚ, ਤੁਸੀਂ ਸ਼ਾਇਦ ਆਰਡਰ ਨਹੀਂ ਪੜ੍ਹਿਆ, ਆਪਣੇ ਪੜ੍ਹਿਆ। ਸਿੱਧੂ ਸਾਹਿਬ ਦਾ ਪਤਾ ਕੀ ਹੈ, ਇਹਨਾਂ ਨੂੰ ਮੈਂ ਲੀਗਲ ਐਂਗਲ ਤੋਂ ਹੀ ਦੱਸ ਦਿੰਦਾ ਜਿਹੜਾ ਇਹਨਾਂ ਨੇ ਪੜ੍ਹਿਆ। ਜੀ ਲੀਗਲ ਐਂਗਲ ਤੋਂ ਕੀ ਹੁੰਦਾ, ਜਦੋਂ ਬੇਲ ਆਰਡਰ ਟਾਈਪ ਕਰਾਇਆ ਜਾਂਦਾ, ਬੇਲ ਆਰਡਰ ਕੀਤਾ ਜਾਂਦਾ, ਉਹਦੇ 'ਚ ਜਿਹੜੀ ਸਟੋਰੀ ਲਿਖੀ ਜਾਂਦੀ ਹੈ ਸਾਰੀ, ਐਜ ਪਰ ਪ੍ਰੋਸੀਕਿਊਸ਼ਨ ਕੀ ਕੇਸ ਹੈ, ਉਹ ਕੇਸ ਪੜ੍ਹ ਰਹੇ ਆ ਵੀ ਇਹ ਕੋਰਟ ਕੀਤਾ, ਉਹ ਕਰਨਾ ਹੀ ਪੈਂਦਾ, ਮਾਨਯੋਗ ਅਦਾਲਤ ਨੇ ਕਰਨਾ ਹੀ ਆ ਉਹ ਕੀ ਪ੍ਰੋਸੀਕਿਊਸ਼ਨ ਦੀ ਆਹ ਸਟੋਰੀ ਆ। ਫਿਰ ਉਹਨੇ ਡਿਫੈਂਸ ਦੀ ਗੱਲ ਲਿਖਣੀ ਹੁੰਦੀ ਹੈ ਵੀ ਡਿਫੈਂਸ ਇਹ ਗੱਲ ਕਹਿੰਦਾ, ਉਸ ਤੋਂ ਬਾਅਦ ਕਨਕਲੂਜਨ ਆਰਡਰ ਕਰਨਾ ਹੁੰਦਾ, ਉਹ ਜਿਹੜਾ ਆਰਡਰ ਹੈ ਉਹਨਾਂ ਨੇ ਗਰੰਟੀ ਆਫ ਡਿਫੈਂਸ ਵੀ 307 ਦਾ ਕੇਸ ਹੈ, ਤੇ ਇਹ ਜਿਹੜਾ ਉਹਨਾਂ ਨੇ ਡਿਸਮਿਸ ਕੀਤੀ ਹੈ ਬੇਲ, ਉਹ ਬੇਲ ਹਾਈ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਆ, ਕਿਉਂਕਿ ਪਹਿਲਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਜਿਹੜੇ ਚੱਲ ਚੁੱਕੇ ਨੇ ਉੱਥੇ ਸੇਮ ਜਾ ਚੁੱਕੇ, ਸਮਾਂ ਵੀ ਖਤਮ ਹੋ ਰਿਹਾ ਸੰਖੇਪ ਦੇ ਵਿੱਚ, ਕਿਵੇਂ ਕਰਤੀ ਫਿਰ? ਜੀ ਜੀ ਬਰਾਗ ਸਾਹਿਬ, ਤੁਸੀਂ ਵਕੀਲ ਹੋ ਪ੍ਰੋਫੈਸ਼ਨ ਦੇ ਵਿੱਚ ਹੋ, ਪਰ ਆਪਾਂ ਨੂੰ ਪਤਾ ਵਾ ਵੀ ਕਿੱਥੇ ਕੀ ਆ, ਮੈਂ ਉਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦਾ ਜਿੱਥੋਂ ਤੱਕ ਗੱਲ ਹੈਗੀ ਆ। ਜੇ ਮੰਨਣਾ ਮੈਂ ਮੰਨਦਾ ਤੁਹਾਡੀ ਗੱਲ, ਤਾਂ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਵੀ ਪੋਲੀਟੀਕਲੀ ਮੋਟੀਵੇਟਡ ਕੇਸ ਆ, ਮੈਂ ਵੀ ਕਹਿ ਦਿੰਦਾ ਇਹ ਗੱਲ, ਪਰ ਇੰਨੀ ਤਲਫਲੀ 'ਚ ਨਾ ਆਓ। ਤੁਸੀਂ ਇੱਕ ਪੋਲੀਟੀਕਲ ਪਾਰਟੀ ਨੂੰ ਹੈੱਡ ਕਰ ਰਹੇ ਹੋ, ਤੁਸੀਂ ਹਰਿਮੰਦਰ ਸਾਹਿਬ ਅਰਦਾਸ ਕੀਤੀ ਆ, ਤੁਸੀਂ ਲਾਮ ਲੈਕਚਰ ਤਹਿਤ ਯੂਟੀ ਚੰਡੀਗੜ੍ਹ ਰਾਜਧਾਨੀ 'ਚ ਆਏ ਸੀ ਵੀ ਜੇ ਸਾਨੂੰ ਗ੍ਰਿਫਤਾਰ ਕਰਨਾ ਕਰ ਲਓ, ਹਜੇ ਚਲਾਣ ਦੀ ਕਾਪੀ ਮਿਲ ਲੈਂਦੇ। ਮੈਂ ਤਾਂ ਉਹੀ ਕਹਿੰਦਾ ਸੀਗਾ ਬਈ ਤੁਸੀਂ ਕੋਈ ਨਾ ਡਿਫੈਂਡ ਕਰੋ, ਤੁਸੀਂ ਐਡਾ ਛੇਤੀ ਨਾ ਕਰਦੇ ਜਿਹੜਾ ਤੁਸੀਂ ਸਰਵੋਲ ਕਰਾ ਲਿਆ। ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ ਮਠਾੜੂ ਸਾਹਿਬ, ਤੁਸੀਂ ਵੀ ਗੱਲ ਕਹਿ ਲਈ, ਭੀਮਿੰਦਰ ਜੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਿਹਾ। ਡਾਕਟਰ ਭੀਮਿੰਦਰ, ਚਲਾਣ ਪੇਸ਼ ਹੋ ਗਿਆ, ਜਦੋਂ ਆਪਾਂ ਅਦਾਲਤੀ ਪ੍ਰਕਿਰਿਆ ਦੀ ਗੱਲ ਕਰਦੇ ਹਾਂ, ਅੱਜ ਉਹ ਫੈਸਲਾ ਵੀ ਆ ਗਿਆ ਕਿ ਜ਼ਮਾਨਤ ਦੀ ਅਰਜ਼ੀ ਰੱਦ ਤੇ ਜ਼ਮਾਨਤ ਦੀ ਅਰਜ਼ੀ ਪ੍ਰਵਾਨ, ਪਰ ਇੱਕ ਗੱਲ ਹੈ ਕਿ ਮਾਮਲੇ ਅਜੇ ਅੱਗੇ ਤੁਰਨੇ ਹੈ। ਕਿਵੇਂ ਦੇਖਦੇ ਉਸ ਮਾਮਲੇ ਤੇ? ਅਕਾਲੀ ਦਲ ਤੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸਿਆਸਤ ਕੀਤੀ ਜਾ ਰਹੀ ਹੈ, ਸਿਆਸਤ ਦੇ ਨਾਲ ਹੀ ਸਾਰੇ ਜਿਹੜੇ ਫੈਕਟਸ ਹੈ, ਤੱਥ ਹੈ, ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਹੈ। ਪਰ ਤੁਸੀਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਕਹਿੰਦਾ ਕਿ ਅਸੀਂ ਇਸ ਮਾਮਲੇ 'ਚ ਬਿਲਕੁਲ ਦਖਲ ਹੀ ਦੇਵਾਂਗੇ, ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਸਿਆਸਤ ਤੋਂ ਪਾਸੇ ਹੋ ਕੇ ਇਸ ਮਾਮਲੇ 'ਤੇ ਨਿਪਟਾਰੇ ਹੋਣਗੇ? ਬਿਲਕੁਲ ਬਿਲਕੁਲ, ਦੇਖੋ ਇਹ ਮਸਲਾ ਇੰਨਾ ਸੰਵੇਦਨਸ਼ੀਲ ਹੈ, ਜਿਹਦੇ ਸਾਹਮਣੇ, ਜਿਸ ਸ੍ਰੀ ਗੁਰੂ ਗ੍ਰੰਥ ਸਾਹਮਣੇ ਆਪਾਂ ਹਰ ਰੋਜ਼ ਨਤਮਸਤਕ ਹੁੰਦੇ ਹਾਂ, ਕੋਈ ਵੀ ਬੰਦਾ ਦੁਨੀਆਂ ਦਾ ਜਾਂ ਕੋਈ ਹੋਰ, ਪਹਿਲਾਂ ਵੀ ਜਾਂ ਅੱਜ ਤੋਂ ਬਾਅਦ ਵੀ, ਜੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਸਿਆਸਤ ਕਰੇਗਾ ਤਾਂ ਉਹਦਾ ਫਿਊਚਰ ਕੀ ਹੋਏਗਾ ਆਪਾਂ ਸਾਰੇ ਜਾਣਦੇ ਹਾਂ। ਔਰ ਅਕਾਲੀ ਦਲ ਨੇ ਕਿਉਂਕਿ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦਾ ਅੱਜ ਹਾਲ ਕੀ ਹੋ ਗਿਆ ਉਹ ਸਾਰਿਆਂ ਨੂੰ ਪਤਾ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਸਿਆਸਤ ਨਾ ਕਰੀਏ। ਹਾਂ, ਜੋ ਅਦਾਲਤ ਦੇ ਵਿੱਚ ਜੋ ਕੇਸ ਹੈਗਾ, ਜੋ ਸਿੱਟ ਨੇ ਫੈਸਲਾ ਕੀਤਾ ਹੈ, ਉਹਦੇ ਮੁਤਾਬਕ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਕਾਨੂੰਨ ਦੇ ਮੁਤਾਬਕ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਕੋਈ ਅੜਚਨ ਜਿਹੜੀ ਹੈਗੀ ਹੈ ਨਹੀਂ ਉਡਾਉਣੀ ਚਾਹੀਦੀ ਕਿਸੇ ਨੂੰ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ। ਲੈ ਲਓ ਜੀ 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 ਮਠਾੜੂ ਸਾਹਿਬ, ਮੋਸਟ ਵੈਲਕਮ, ਬਿਲਕੁਲ ਆਪਣੀ ਗੱਲ ਕਹੋ। ਸਿਆਸਤ ਤੇ ਮੈਨੂੰ ਇੱਕ ਗੱਲ ਦੱਸੋ, ਪਹਿਲੀ ਗੱਲ ਤਾਂ ਇਹਦੇ 'ਚ ਸਰਕਾਰ ਦਾ ਕੀ ਹੋਣਾ, ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਿੱਖ ਬਣਾਈ, ਉਹਨਾਂ ਨੇ ਆਰਡਰ ਦੇ ਵਿੱਚ ਲਿਖਿਆ ਕਿ ਸਿੱਖ ਜੋ ਤਫਦੀਸ਼ ਕਰੇਗੀ ਉਹਦੀ ਰਿਪੋਰਟ ਮਾਨਯੋਗ ਅਦਾਲਤ ਦੇ ਵਿੱਚ ਸਬਮਿਟ ਕਰੇਗੀ। ਦੋ ਲਾਈਨਾਂ ਦਾ ਜਵਾਬ ਦਿਓ ਮੰਡਰ ਸਾਹਿਬ। ਕਿਸੇ ਨੂੰ ਲੀਕ ਆਊਟ ਨਹੀਂ ਕਰੇਗੀ। ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਕਰਵਾਇਆ, ਅਸੀਂ ਕਰਵਾਇਆ, ਅਸੀਂ ਵਾਅਦਾ ਕੀਤਾ ਸੀ ਅਸੀਂ ਕਰਵਾਇਆ। ਫਿਰ ਮਾਨਯੋਗ ਹਾਈ ਕੋਰਟ ਨੇ ਤਾਂ ਕਿਹਾ ਨਹੀਂ ਸੀ ਕਿ ਮੁੱਖ ਮੰਤਰੀ ਸਾਹਿਬ ਇਹ ਦਖਲ ਦੇਣ, ਫਿਰ ਇਹਨਾਂ ਨੇ ਕਰਵਾ ਕੇ ਦਿੱਤਾ। ਇਹਨਾਂ ਦੇ ਧਾਰੀਵਾਲ ਮੁੱਖ ਮੰਤਰੀ ਉੱਥੇ ਵਾਅਦਾ ਕਰਕੇ ਜਾ ਕੇ ਪਹਿਲਾਂ ਕਰ ਦਿਆਂਗੇ, ਮਗਰ ਮਾਨਯੋਗ ਹਾਈ ਕੋਰਟ ਦਾ ਇਹ ਆਰਡਰ ਸੀ, ਇਹਦੀ ਵਾਇਲੇਸ਼ਨ ਨਹੀਂ ਆਰਡਰ ਦੀ, ਇਹਨਾਂ ਨੇ ਕਿਵੇਂ ਕਰਵਾਇਆ ਫਿਰ ਸਿੱਟ ਤੋਂ ਮਾਨਯੋਗ ਹਾਈ ਕੋਰਟ ਨੇ ਕਰਵਾਈ ਆ। ਓਕੇ, ਥੈਂਕ ਯੂ ਵੈਰੀ ਮੱਚ। ਅਜੇ ਲੰਬਾ ਸਫ਼ਰ ਇਹਨਾਂ ਮੁੱਦਿਆਂ 'ਤੇ ਤੈਅ ਹੋਣਾ, ਸੱਚ ਝੂਠ ਦਾ ਨਿਤਾਰਾ
होएगा, सारे तरह की राय वक्र वक्री हो सकती है। इन्होंने मुद्दे पर आने लई मैं तुहाडा सारिआं दा मेहमानां दा धन्नवादी हाँ। तो इस दे नाल ही आपां तुहाडे कोलों भी लवांगे इजाजत इस मुद्दे के उत्ते, जिस तरह की बहस जिदा मैं आपां शुरू च गल कीती है, बहुत भावुक ते संवेदनशील मुद्दा है। समुचे पंजाबी चाहुंदे आ कि न्याय ते इंसाफ मिलना चाहिए। राजनीतिक धिरां वल्लों सवाल उठाउणे सुभाविक है, पर सारे ये भी चाहुंदे आ कि सच सामने आना चाहिए। अज फरीदकोट की अदालत ने जिहड़ा वड्डा फैसला दिता है, उस समय के जिहड़े डिप्टी मुख्यमंत्री रहे आ सुखबीर बादल, उन्हां दी जमानत की अर्जी की रद्द, कि आने वाले समय च अकाली दल की जिहड़ी राजनीतिक स्थिति है उहदे ते भी इस गल का पएगा प्रभाव। इन्हां मुद्दों ते आने वाले समय से भी आप रखांगे नज़र। तुहाडे सारिआं वल्लों मेहमानां दे आप एक बार मुड़ धन्नवादी, ते नाल ही तुहाडे वल्लों भी लवांगे इजाजत। सत श्री अकाल।